ਦੀਪ ਸਿੱਧੂ ਦਾ ਜਿਹੜਾ ਸੜਕ ਹਾਦਸੇ 'ਚ ਮੌਤ ਹੈ ਬਹੁਤ ਸਾਰੇ ਲੋਕ ਇਸ ਦੇ ਉੱਤੇ ਇਹ ਵੀ ਟਿੱਪਣੀ ਕਰ ਰਹੇ ਨੇ ਕਿ ਉਹ ਸੜਕ ਹਾਦਸਾ ਨਹੀਂ ਹੈ ਤੁਸੀਂ ਇਸ ਬਾਰੇ ਕੀ ਸਮਝਦੇ ਹੋ ਅਸੀਂ ਸਮਝਦੇ ਹਾਂ ਜੀ ਕਿ ਇਹ ਐਕਸੀਡੈਂਟ ਕਰਾਇਆ ਗਿਆ ਹੈ ਇਨਾਂ ਦੇ ਪੱਥੇ ਦੇ ਵਿੱਚ ਸਰਾਖ ਹੈ ਤੇ ਜਦੋਂ ਉਹ ਸਟ੍ਰਕ ਦੇ ਵਿੱਚ ਸੰਗਿਆ ਨਹੀਂ ਲੱਤਿਆ ਗਿਆ ਤਾਂ ਫਿਰ ਉਸ ਸਰਾਖ ਕਿਵੇਂ ਹੋ ਗਿਆ ਇਸ ਸਰਾਖ ਇਹ ਦੋਤਵਾਰ ਨੇ ਇੰਡੀਆ ਦੇ ਸਾਡੀ ਜਿਹੜੀ ਅਜ਼ਾਦੀ ਦੀ ਲਹਿਰ ਹੈ ਐਸਟ੍ਰੇਸ ਨੂੰ ਫੋਟੋਟਿੱਕ ਅਸੀਂ ਅਜ਼ਾਦੀ ਦੀ ਲਹਿਰ ਮੰਨਦੇ ਕਿ ਉਹ ਤੁਹਾਡੇ ਸਾਹਮਣੇ ਆਜ਼ਾਦੀ ਕੀ ਹੈ ਪਤਾ ਹੈ ਇੱਕ ਬੀ ਜਿਹੜਾ ਕੋਈ ਚੰਗਾ ਜਰਨਲਿਸਟ ਹੁੰਦਾ ਹੈ ਹੀ ਕੈਨ ਰੀਡ ਅ ਪਰਸਨਸ ਲਿਪਸ ਆਮ ਸ਼ੋਰ ਯੂ ਕੈਨ ਰੀਡ ਮਾਈ ਲਿਪਸ ਵਾਟ ਆਰ ੀਮ ਬਟ ਜਰਨਲਿਸਟ 시ਗਾ ਦੇਨ ਬਗਤ ਉਸਨੇ ਇਹ ਸਾਰੀ ਚੀਜ਼ ਅਖਬਾਰਾਂ ਚ ਫੋਟਨ ਜਰਨਲਿਸਟ ਦੇ ਵਿੱਚ ਲਿਖਤੀ ਤੇ ਉਸ ਤੋਂ ਬਾਅਦ ਉਹ ਬਹੁਤ ਮਿਸਟਰੀਅਸਲੀ ਉਹਨੂੰ ਮਾਰਿਆ ਗਿਆ ਪਰ ਕਿੰਨਾ ਕਿੰਨਾ ਤੁਹਾਨੂੰ ਲੱਗਦਾ ਕਿ ਇਹਦੇ ਤੇ ਪੂਰੀ ਤਰੀਕੇ ਨਾਲ ਜਾਂਚ ਕਰਨੀ ਬੇਹਦ ਜ਼ਰੂਰੀ ਸੀ ਕਿਉਂਕਿ ਪੰਜਾਬ ਦੇ ਵਿੱਚ ਸਤਾਣਿਆਦਾ ਗਿਆ ਉਸ ਤੋਂ ਬਾਅਦ ਅਗਲੇ ਦਿਨ ਅੰਦਰ ਸਸਕਾਰ ਕਰ ਦਿੱਤਾ ਜਾਂਦਾ ਬਹੁਤ ਜ਼ਰੂਰੀ ਸੀ ਕਿ ਪਰ ਸਾਡੇ ਕੋਲੇ ਕੋਈ ਪਾਵਰ ਨਹੀਂ ਹੈ ਅਸੀਂ ਇੱਕ ਆਮ ਲੋਕ ਹੈ ਸਾਡੇ ਕੋਲ ਤਾਂ ਸਾਡੀ ਬਤਿਸਮਤੀ ਹੈ ਕੀ ਸਾਡੇ ਦਿਲ ਨੇ ਸਿੱਖਿਆ ਕੀ ਹੈ ਉਹ ਬੀਜਪੀ ਅਹਰਸਸ ਦੇ ਵਿੱਚ ਚਲੇ ਗਏ ਆਮਾਦਵੀ ਪਾਰਟੀ ਚਲੇ ਗਏ ਤੇ ਕਾਂਗਰਸ ਦੇ ਵਿੱਚ ਚਲੇ ਗਏ ਤੇ ਕੋਈ ਸਾਡੇ ਕੋਲੇ ਕੋਈ ਮਾਰਫੁਲ ਪੋਲਿਟੀਕਲ ਸਟ੍ਰੈਂਥ ਨਹੀਂ ਹੈਗੀ ਤੱਕ ਮੈਂ ਜਾਣਦਾ ਤੁਹਾਡੇ ਤੇ ਕਈ ਵਾਰੀ ਦੇਸ਼ ਦਰੂਰ ਨੂੰ ਲੈ ਕੇ ਵੀ ਮੁਕੱਦਮੇ ਚੱਲੇ ਹਾਲਾਂਕਿ ਉਹਨਾਂ ਮੁਕੱਦਮਿਆਂ ਦੇ ਵਿੱਚ ਤੁਹਾਨੂੰ ਇਨਸਾਫ ਮਿਲਿਆ ਤੁਹਾਡੇ ਤੇ ਕੋਈ ਇਲਜ਼ਾਮ ਜਿਹੜਾ ਉਹ ਸਾਬਤ ਨਹੀਂ ਹੋ ਪਾਇਆ ਲਗਭਗ 30 ਦੇ ਕਰੀਬ ਸਮੇਂ ਜਿੱਥੇ ਤੱਕ ਮੈਂ ਜਾਣਦਾ ਜੋ ਮੇਰੀ ਨੌਲੇਜ ਕਹਿੰਦੀ ਸਾਇਦ ਸ਼ਾਇਦ ਉਸ ਤੋਂ ਜ਼ਿਆਦਾ ਹੀ ਤੁਹਾਨੂੰ ਡਿਟੇਨ ਵੀ ਕੀਤਾ ਗਿਆ ਕਈ ਵਾਰੀ ਫਿਰ ਵੀ ਤੁਹਾਨੂੰ ਜਿਹੜਾ ਤੁਹਾਡੇ ਖਿਲਾਫ ਜਿਹੜੇ ਸਾਹਮਣੇ ਨਹੀਂ ਆਪਾਂਦੇ ਫਿਰ ਤੁਸੀਂ ਕਿੱਦਾਂ ਕਹਿੰਦੇ ਹੋ ਕਿ ਹਕੂਮਤ ਜਿਹੜੀ ਹੈ ਉਹ ਤੁਹਾਡੇ ਨਾਲ ਇਨਸਾਫ ਨਹੀਂ ਕਰਦੀ ਜਾਂ ਤੁਹਾਡੀ ਗੱਲ ਨਹੀਂ ਸੁਣਦੀ ਜਾਂ ਤੁਹਾਡੇ ਬਿਆਨ ਇਹ ਨਹੀਂ ਤੁਹਾਨੂੰ ਕਿਉਂ ਇਹ ਲੱਗਦਾ ਕਿ ਆ ਪੀ ਦਸਤੇ ਕੀ ਤੁਹਾਡੇ ਉੱਤੇ ਕੋਈ ਅਸੀਮਕਮੇ ਹੋਏ ਹੈ ਤੇ ਇਨਾਂ ਦੇ ਵਿੱਚ ਕੋਈ ਅੰਜ਼ਮ ਸਾਬਤ ਨਹੀਂ ਹੋਇਆ ਸਾਬਤ ਤਾਂ ਨਹੀਂ ਹੋਇਆ ਕਿਉਂਕਿ ਮੈਂ ਕੀਤਾ ਕਰ ਨਹੀਂ ਸੀਗਾ ਉਹ ਤਾਂ ਮੇਰੇ ਉੱਤੇ ਪਾਏਗੇ ਇਸ ਲਈ ਤੁ치가 ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਸਾਹਿਲ ਅੱਜ ਅਸੀਂ ਇੱਕ ਐਸੀ ਥਾਂ ਤੇ ਮੌਜੂਦ ਆ ਜਿਸ ਜਗ੍ਹਾ ਨੂੰ ਸ਼ਹੀਦਾਂ ਦੀ ਧਰਤੀ ਕਿਹਾ ਜਾਂਦਾ ਅਸੀਂ ਮੌਜੂਦ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਜਿੱਥੇ ਕੱਲ ਦੀਪ ਸਿੱਧੂ ਦੀ ਅੰਤਿਮ ਅਰਦਾਸ ਦਾ ਸਮਾਗਮ ਰੱਖਿਆ ਗਿਆ ਜੇਕਰ ਗੱਲ ਕੀਤੀ ਜਾਵੇ ਦੀਪ ਸਿੱਧੂ ਦੀ ਸੜਕ ਹਾਦਸੇ 'ਚ ਮੌਤ ਨੂੰ ਲੈ ਕੇ ਬਹੁਤ ਸਵਾਲ ਉੱਠ ਰਹੇ ਨੇ ਦੀਪ ਸਿੱਧੂ ਖੁਦ ਕਈ ਵਾਰੀ ਪੰਜਾਬ 'ਚ ਵੀ ਆਏ ਪੰਜਾਬ 'ਚ ਸਿਮਰਨਜੀਤ ਸਿੰਘ ਮਾਨ ਨੂੰ ਸਪੋਰਟ ਵੀ ਕਰਦੇ ਨਜ਼ਰ ਆਏ ਸੋ ਉਸੇ ਕੜੀ ਦੇ ਤਹਿਤ ਅੱਜ ਅਸੀਂ ਮੌਜੂਦ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਤੇ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਇਹਨਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਕਰਦੇ ਹਾਂ ਸੂਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਕਾਇਨਿਸ ਪੰਜਾਬ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਡ ਬੰਨੀ ਜੀ ਤੁਸੀਂ ਆਏ ਹੋ ਜੀ ਸੂਮਾਨ ਸਾਹਿਬ ਸਭ ਤੋਂ ਪਹਿਲਾ ਸਵਾਲ ਇੱਕੋ ਹੀ ਆਂਦਾ ਹੈ ਕਿਉਂਕਿ ਇਹ ਸਵਾਲ ਅੱਜ ਕੱਲ੍ਹ ਹਰ ਇਨਸਾਨ ਦੇ ਜ਼ਿਹਨ ਦੇ ਵਿੱਚ ਹੈ ਦੀਪ ਸਿੱਧੂ ਦਾ ਜਿਹੜਾ ਸੜਕ ਹਾਦਸੇ 'ਚ ਮੌਤ ਹੈ ਬਹੁਤ ਸਾਰੇ ਲੋਕ ਇਸ ਦੇ ਉੱਤੇ ਇਹ ਵੀ ਟਿੱਪਣੀ ਕਰ ਰਹੇ ਨੇ ਕਿ ਉਹ ਸੜਕ ਹਾਦਸਾ ਨਹੀਂ ਹੈ ਤੁਸੀਂ ਇਸ ਬਾਰੇ ਕੀ ਸਮਝਦੇ ਹੋ ਕਿਉਂਕਿ ਪੋਸਟ ਮਾਡਰਨ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਨੇ ਉਹਨਾਂ ਦੇ ਵਿੱਚ ਵੀ ਕਾਰਨ ਦੱਸੇ ਗਏ ਨੇ ਸਿਰ ਦੀ ਸੱਟ ਲੱਗਣ ਦਾ ਕਾਰਨ ਦੱਸਿਆ ਗਿਆ ਤੁਸੀਂ ਇਸ ਪੂਰੀ ਘਟਨਾਕ੍ਰਮ ਨੂੰ ਕਿੱਦਾਂ ਦੇਖਦੇ ਹੋ ਅਸੀਂ ਸਮਝਦੇ ਹਾਂ ਜਿਵੇਂ ਕਿ ਇਹ ਐਕਸੀਡੈਂਟ ਕਰਾਇਆ ਗਿਆ ਉਹਨਾਂ ਦੇ ਪਿੱਛੇ ਇੰਟੈਲੀਜੈਂਸ ਦੀ ਗੱਡੀ ਸੀਗੀ ਹੂੰ ਤੇ ਜਿਹੜਾ ਟਰੱਕ ਦਾ ਡਰਾਈਵਰ ਸੀਗਾ ਉਹ ਦਿਨਾਂ ਤਾਲ ਮੇਲ ਸੀਗਾ ਜਦੋਂ ਸਰਦੀਪ ਸਿੰਘ ਦੀ ਗੱਡੀ ਉਹਦੇ ਨੇੜੇ ਪੁੱਜੀ ਜੀ ਫੇਰ ਪਿਛਲੀ ਗੱਡੀ ਨੇ ਡਰਾਈਵਰ ট্রাক ਵਾਲੇ ਨੂੰ ਇਸ਼ਾਰਾ ਦਿੱਤਾ ਹੂੰ ਕਿ ਹੁਣ ਤੂੰ ਬ੍ਰੇਕਾਂ ਮਾਰ ਦੇ ਬ੍ਰੇਕਾਂ ਦੇ ਨਿਸ਼ਾਨ ਬੜੇ ਗਹਿਰੇ ਤੇ ਡੂੰਘੇ ਹੋਏ ਪਏ ਐ ਹੂੰ ਜਿਹੜੀ ਉਹ ਬ੍ਰੇਕ ਮਾਰੀ ਐ ਹੂੰ ਪਰ ਪੁਲਿਸ ਨੇ ਇਹ ਨਹੀਂ ਦੱਸਿਆ ਕਿਉਂ ਬ੍ਰੇਕ ਕਿਉਂ ਬੱਜੀ ਹੈ ਅੱਗੇ ਕੋਈ ਗਊ ਆ ਗਈ ਕੋਈ ਕੁੱਤਾ ਆ ਗਿਆ ਕੋਈ ਆਦਮੀ ਆ ਗਿਆ ਕੋਈ ਮੋਟਰ ਆ ਗਈ ਇਹ ਜਿਹੜੀ ਸਟੋਰੀ ਬਣਾਈ ਗਈ ਹੈ ਇਹਦੇ ਵਿੱਚ ਇਹ ਚੀਜ਼ ਬਹੁਤ ਸ਼ੱਕੀ ਹੈ ਹੂੰ ਦੂਸਰੀ ਕਰ ਲੈ ਉਹਨਾਂ ਦੇ ਮੱਥੇ ਦੇ ਵਿੱਚ ਸਰਾਖ ਹੈ ਜੀ ਤੇ ਜਦੋਂ ਉਸ ਟਰੱਕ ਦੇ ਵਿੱਚ ਸਰੀਰ ਨਹੀਂ ਸੀ ਲੱਦਿਆ ਗਿਆ ਹੂੰ ਤਾਂ ਫਿਰ ਉਹ ਸਰਾਖ ਕਿਵੇਂ ਹੋ ਗਿਆ ਮੈਨੂੰ ਯਕੀਨ ਹੈ ਕਿ ਇਹ ਗੋਲੀ ਬੱਜੀ ਹੈ ਉਹਨਾਂ ਨੂੰ ਹੂੰ ਤੇ ਗੋਲੀ ਦੇ ਨਾਲ ਉਹਨਾਂ ਦਾ ਅੰਤਮ ਸਾਹ ਪਰੇ ਗਿਆ ਹੂੰ ਤੇ ਬੋਸਮੋਟ ਰਿਪੋਰਟ ਹੋਣੀ ਚਾਹੀਦੀ ਸੀ ਕਿਉਂਕਿ ਕਿ ਉਹ ਬਹੁਤ ਇੰਪੋਰਟੈਂਟ ਕਲਾਕਾਰ ਵੀ ਸੀਗੇ ਹੂੰ ਤੇ ਫੇਰ ਉਹਨਾਂ ਨੇ ਸ਼ਾਂਸ ਆ ਵੀ ਲਾਲ ਗੇਲਦੋ ਤੇ ਚੜਾਇਆ ਸੀਗਾ ਜੀ ਜੀਤ ਨਾਲ ਉਹਨਾਂ ਨੇ ਸਿਕੋਂਮ ਦਾ ਮੋ ਜਿਤਲੇ ਅਸਿਕਾ ਹੂੰ ਤੇ ਐਸਰੀ ਕਿ ਸੇ ਹਸਪੀਟਲ ਦੇ ਵਿੱਚ ਉਹਨਾਂ ਦਾ ਪੋਸਟਮਾਰਟਮ ਕਰਾ ਦੇਣਾ ਹੂੰ ਫਿਰ ਛੇਤੀ ਛੇਤੀ ਕਰਾ ਕੇ ਪੁਲਿਸ ਨੇ ਗੱਡੀਆਂ ਚ ਪਾ ਕੇ ਤਾਂ ਬਹੁਤ ਜਲਦੀ ਸ਼ੰਪੂ ਪਾਊਡਰ ਟਪਾਇਆ ਹੂੰ ਤੀਖ ਹਰਿਆਣੇ ਦੇ ਵਿੱਚ ਕੋਈ ਲੋਕ ਇਕੱਠੇ ਨਾ ਹੋਣ ਕਿ ਕੋਈ ਮੰਗ ਨਾ ਕਰਨ ਕੀ ਇਹਦਾ ਪੋਸਟਮਾਰਟਮ ਇੱਕ ਚੰਗੇ ਹਸਪੀਟਲ ਰਿਪਿਊਟਡ ਡਾਕਟਰਸ ਤੋਂ ਕਰਾਇਆ ਜਾਵੇ ਜਿਵੇਂ ਇਹੋ ਜਿਹੇ ਹਾਲਾਤ ਦੇ ਵਿੱਚ ਹੋਇਆ ਕਰਦਾ ਹੂੰ ਸੋ ਮੈਨੂੰ ਸ਼ੱਕ ਪੈਂਦਾ ਕਿ ਉਹ ਕਰਕੇ ਸਰਦਾਰ ਦੀਪ ਸਿੰਘ ਨੇ ਮੈਨੂੰ ਦੱਸਿਆ ਸੀਗਾ ਕਿ ਜਦੋਂ ਇਹਨਾਂ ਦੀ ਇੰਟਰੋਗੇਸ਼ਨ ਹੋਈ ਹੈ ਹੂੰ ਇਹਨਾਂ ਨੇ ਇਹਨਾਂ ਨੂੰ ਭੁੱਖਾ ਰੱਖਿਆ ਤੇ ਇਹਨਾਂ ਨੂੰ ਪਾਣੀ ਵੀ ਨਹੀਂ ਪੀਣ ਦਿੱਤਾ ਤੇ ਜਾਗਦੇ ਰੱਖਿਆ ਹੂੰ ਤੇ ਇਹਨਾਂ ਦੀ ਪੁੱਛਗਿੱਛ ਲਈ ਜਿੰਨੀਆਂ ਵੀ ਇੰਡੀਆ ਦੀਆਂ ਇੰਪੋਰਟੈਂਟ ਆ ਜੁਸੂਸੀ ਹੂੰ ਏਜੰਸੀਜ਼ ਨੇ ਹੂੰ ਸਾਰੀਆਂ ਨੇ ਆ ਕੇ ਪੁੱਛਗਿੱਛ ਕੀਤੀ ਹੈ ਹੂੰ ਪਰ ਕਿਉਂ ਕਰਕੇ ਮੈਂ ਪੁਲਿਸ ਸੀਗਾ ਮੈਨੂੰ ਜਿਹੜੀ ਹੈਰਾਨੀ ਲੱਗੀ ਹੈ ਕਿ ਦਿੱਲੀ ਦਾ ਡਾਇਰੈਕਟਰ ਜਨਰਲ ਆਫ ਪੁਲਿਸ ਜੀ ਡੀਜੀਪੀ ਵੀ ਹੈ ਇਹਨਾਂ ਦੀ ਪੁੱਛਗਿੱਛ ਕਰਨ ਦੇ ਲਈ ਹੂੰ ਤੇ ਇਹਨਾਂ ਨੂੰ ਕਿਹਾ ਕਿ ਇਹ ਜਿਹੜਾ ਸਟਾਪ ਮੁਲਖ ਹੈ ਹੂੰ ਇਹ ਬਹੁਤ ਤਕੜਾ ਹੈ ਹੂੰ ਤੇ ਇਸ ਨੇ ਕਦੇ ਵੀ ਬਰਦਾਸ਼ਤ ਨਹੀਂ ਕਰਨਾ ਕਿ ਕੋਈ ਇਸੇ ਤੋੜ ਤੋੜ ਪਰ ਨ ਕਰੇ ਹੂੰ ਸੋ ਸਿੱਧੀ ਕਰ ਲੈ ਕਿ ਇਹਨਾਂ ਨੂੰ ਡਰਬਾ ਦਿੱਤਾ ਗਿਆ ਸੀਗਾ ਤੇ ਉਹ ਇਹਨਾਂ ਦੀ ਲਿਸਟ ਦੇ ਉੱਤੇ ਸੀਗੇ ਮੈਨੂੰ ਯਾਦ ਹੈ ਤੁਹਾਡੇ ਵਰਗਾ ਇੱਕ ਬਹੁਤ ਆਕਸਫੋਰਡ ਯੂਨੀਵਰਸਿਟੀ ਦਾ ਪੜਿਆ ਲਿਖਿਆ ਜਰਨਲਿਸਟ ਸੀਗਾ ਧਰਨ ਭਗਤ ਜੀ ਉਸ ਨੇ ਆਪਣੇ ਵੇਲੇ 'ਚ ਜਦੋਂ ਸਿੱਖ ਆਪਣੀ ਆਜ਼ਾਦੀ ਦੇ ਲਈ ਲੜ ਰਹੇ ਸੀਗੇ ਹਮ ਰਜੀਵ ગાંધી ਦੇ ਵੇਲੇ ਹਮ ਰਜੀਵ ਕਾਂਧੀ ਤਾਂ ਸਟੇਟ ਮਿਨਿਸਟਰ ਫਾਰ ਹੋਮ ਹੁੰਦਾ ਸੀ ਜੇ ਟਰੰਬ ਹਮ ਤੇ ਇਸਨੇ ਅਫਗਾਨਿਸਤਾਨ ਤੋਂ ਬਹੁਤ ਅਸਲਾ ਹਵਾਈ ਜੰਡਾ ਚ ਮੰਗਾਇਆ ਇਨਫੈਂਟਰੀ ਦਾ ਜਦੋਂ ਰੂਸ ਤੇ ਸូវিয়েਟ ਯੂਨੀਅਨ ਨੇ ਅਫਗਾਨਿਸਤਾਨ ਤੇ ਕਬਜ਼ਾ ਕੀਤਾ ਸੀਗਾ ਤੇ ਅਸਲਾ ਇਸਤੇਮਾਲ ਹਿੰਦੂਤਵਾ ਨੇ ਕੀਤਾ ਫੋਰ ਕਾਉਂਟਰ ਇਨসারਜੈਂਸੀ ਤੇ ਬਾਬਾ ਬਿਰਸਤ ਸਿੰਘ ਦਾ ਬਹੁਤ ਭਾਰੀ ਡੇਰਾ ਹੈਗਾ ਦਿੱਲੀ ਦੇ ਕੋਲੇ ਹੂੰ ਉੱਥੇ ਇਹ ਜਿਹੜੇ ਭਰਤੀ ਕੀਤੇ ਸੀਗੇ ਨੌਜਵਾਨ ਜੀ ਉਹਨਾਂ ਨੂੰ ਸਿਖਾਇਆ ਗਿਆ ਕਿ ਕਿਵੇਂ ਸਿੱਖਾਂ ਦੀ ਢਾੜੀ ਹੁੰਦੀ ਹੈ ਹੂੰ ਕਿਵੇਂ ਇਹ ਪੋਟ ਕਰਦੇ ਆ ਕਿਵੇਂ ਇਹਨਾਂ ਦੀ ਮਰਿਆਦਾ ਕਿਹੜੇ ਕੱਪੜੇ ਪਾਉਂਦੇ ਆ ਕੀ ਖਾਂਦੇ ਆ ਹੂੰ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਉਹ ਹਥਿਆਰ ਦੇ ਕੇ ਸ਼ਿਕਾਂਦੀ ਪਿੰਡਾਂ ਦੇ ਵਿੱਚ ਇਨਫਿਲਟ੍ਰੇਟ ਕਰਤਾ ਹੂੰ ਤੇ ਇਨੰਨੇ ਪਰ ਮੁਖਬਰੀ ਕੀਤੀ ਉਹਨਾਂ ਤਰ੍ਹਾਂ ਦੀ ਜਿੱਥੇ-ਜਿੱਥੇ ਫਰੀडम फाइਟਰ ਜ਼ੋਂਦੇ ਸੀਗੇ ਜੀ ਪਰ ਸਭ ਤੋਂ ਜਿਹੜੀ ਬੁਰੀ ਗੱਲ ਕੀਤੀ ਇਨੰਨੇ ਘਰਬੜੇ ਇੱਜ਼ਤ ਬਹੁਤ ਕਰਦੇ ਸੀਗੇ ਜੀ ਉਹਨਾਂ ਦੇ ਘਰ ਦੇ ਜੀਅ ਨੂੰ ਉਹਨਾਂ ਦੀ ਇੱਜ਼ਤ ਤੇ ਉੱਤੇ ਅੱਖ ਰੱਖ ਲਈ ਤੇ ਇਹੋ ਜਿਹੇ ਕੰਮ ਦੇ ਵਿੱਚ ਰੁੱਝ ਗਏ ਇਹਦੇ ਨਾਲ ਦੋ ਚੀਜ਼ਾਂ ਹੋਈਆਂ ਜੀ ਇੱਕ ਤਾਂ ਉਹ ਆਜ਼ਾਦੀ ਕਲਾਟੀਆਂ ਦੀ ਅਤਲਾ ਪੁਲਿਸ ਨੂੰ ਦੰਦੇ ਸੀਗੇ ਹੂੰ ਦੂਜਾ ਫੇਰ ਆਜ਼ਾਦੀ ਕਲਾਟੀਆਂ ਨੂੰ ਬਦਨਾਮ ਕਰਨ ਦੇ ਲਈ ਕਿ ਇਹ ਲੋਕ ਹੀ ਇਹੋ ਜਿਹੇ ਆ ਜਿਹੜੇ ਬੀਪੀਆਂ ਦੀ ਇੱਜ਼ਤ ਨਹੀਂ ਰੱਖਦੇ ਤੇ ਕਰਾਚੀ ਜਾਂਦੇ ਆ ਹੂੰ ਇਹਦੇ ਨਾਲ ਦੋ ਚੀਜ਼ਾਂ ਹੋਈਆਂ ਕਿ ਇੱਕ ਤਾਂ ਸਾਡੇ ਜਿਹੜੇ ਫਰੀडम फाइਟਰ ਸੀਗੇ ਉਹ ਫੜੇਗੇ ਉਹਨਾਂ ਨੂੰ ਐਕਸਟਰਾ ਜੁਡੀਸ਼ਲ ਕਾਊਂਟਰਸ ਦੇ ਵਿੱਚ ਮਾਰਤਾ ਹੂੰ ਤੇ ਕੁਝ ਫੜੇਗੇ ਹੂੰ ਇਸ ਤਰ੍ਹਾਂ ਹਿੰਦੂਤਵ ਨੇ ਇੰਡੀਆ ਨੇ ਸਾਡੀ ਜਿਹੜੀ ਆਜ਼ਾਦੀ ਦੀ ਲਹਿਰ ਹੈ ਹੂੰ ਐਸ ਤਰ੍ਹਾਂ ਇਸ ਨੂੰ ਖਤਮ ਕੀਤਾ ਤੇ ਕਿ ਤੁਸੀਂ ਆਜ਼ਾਦੀ ਦੀ ਲਹਿਰ ਮੰਨਦੇ ਕਿ ਨੂੰ ਤੁਹਾਡੇ ਸਾਹਮਣੇ ਆਜ਼ਾਦੀ ਕੀ ਹੈ ਤਨ ਨੂੰ ਪਤਾ ਹੈ ਵਾਟ ਆਈ ਮੀਨ ਜਦਕ ਕੋਈ ਚੰਗਾ ਜਰਨਲਿਸਟ ਹੁੰਦਾ ਹੈ ਹੀ ਕੈਨ ਰੀਡ ਅ ਪਰਸਨਸ ਲਿਪਸ ਆਮ ਸ਼ੋਰ ਯੂ ਕੈਨ ਰੀਡ ਮਾਈ ਲਿਪਸ ਵਾਟ ਆਈ ਮੀਨ ਬਾਈ ਤੇ ਇੱਕ ਜਰਨਲਿਸਟ ਸੀਗਾ ਦੇਰਨ ਭਗਤ ਉਸਨੇ ਇਹ ਸਾਰੀ ਚੀਜ਼ ਅਖਬਾਰਾਂ ਚ ਫੋਰਨ ਜਰਨਲਸ ਦੇ ਵਿੱਚ ਲਿਖਤੀ ਤੇ ਉਸ ਤੋਂ ਬਾਅਦ ਉਹ ਬਹੁਤ ਮਿਸਟਰੀਅਸਲੀ ਉਹਨੂੰ ਮਾਰਿਆ ਗਿਆ ਜਿਹੜੇ ਇੰਟਰਨੈਸ਼ਨਲ ਜਰਨਲਿਸਟਸ ਐ ਇੰਨ ਦੀ ਜਟਿੰਬੰਦੀ ਉਹਨਾਂ ਨੂੰ ਵੀ ਮੈਂ ਕਈ ਚਿੱਠੀਆਂ ਭੇਜੀਆਂ ਹੂੰ ਕਿ ਇਹ ਤਾਂ ਬਹੁਤ ਅਜੀਬ ਤਰੀਕੇ ਦੇ ਵਿੱਚ ਇਹਦੀ ਡੈਥ ਹੋਈ ਹੈ ਹੂੰ ਇਹਦਾ ਪਤਾ ਤੱਕੋ ਜਿਵੇਂ ਇੱਕ ਬਹੁਤ ਹੀ ਯਹੂਦੀ ਅਮਰੀਕਨ ਨੂੰ ਪਾਕਿਸਤਾਨ ਦੇ ਵਿੱਚ ਪਰਲ ਨੂੰ ਮਾਰਤਾ ਸੀਗਾ ਹੂੰ ਉਹਦਾ ਵਿਚਾਰੇ ਦਾ ਸਿਰ ਵੱਡਾ ਤਾਂ ਸੀਗਾ ਹੂੰ ਤੇ ਬੜਾ ਰੋਲਾ ਪਿਆ ਸੀ ਅਮਰੀਕਾ ਚ ਕਿ ਸਾਡਾ ਜਰਨਲਿਸਟ ਮਾਰ ਤਾ ਜੀ ਪਰ ਇਹ ਧਿਰਨ ਭਗਤ ਦਾ ਬਿਲਕੁਲ ਹਕੂਮਤ ਇੰਡੀਆ ਨੇ ਰੋਲਾ ਨਹੀਂ ਪੈਣ ਦਿੱਤਾ ਹੂੰ ਸੋ ਇਹ ਜੇ ਕਮ ਇੰਟੈਲੀਜੈਂਸ ਕਰਦੀ ਹੈ ਹੂੰ ਤੇ ਜਿਹੜਾ ਰੋ ਇੰਟੈਲੀਜੈਂਸ ਹੈਗੀ ਹੈ ਚਾਡੀ ਹੂੰ ਉਹਦੇ ਕੋਲੇ ਇੱਕ ਮਿਲਟੈਂਟ ਵਿੰਗ ਵੀ ਹੈਗਾ ਹੂੰ ਜਿਹੜਾ ਕੀ ਟਿਪਤੀਆਂ ਤੋਂ ਉਹਨਾਂ ਦੇ ਬੰਦੇ ਬੀਬੀਆਂ ਇਹਦੇ ਵਿੱਚ ਰੱਖੀਆਂ ਜਾਂਦੀ ਹੈ ਹੂੰ ਕਿ ਉਹ ਇਨਫਿਲਟ੍ਰੇਟ ਕਰਦੇ ਹੈ ਚੀਨ ਤੇ ਤਿੱਬਤ ਦੇ ਵਿੱਚ ਹੂੰ ਸੋ ਮੇਰਾ ਮਤਲਬ ਹੈ ਕਿ ਇਹਨਾਂ ਦੇ ਕੋਲੇ ਐਗਜ਼ੀਕਿਊਸ਼ਨ ਟੀਮ ਵੀ ਹੈਗੀ ਹੈ ਹੂੰ ਸੋ ਮੈਨੂੰ ਹੈ ਲੱਗਦਾ ਕਿ ਸਰਦਾਰ ਦੀਪ ਸਿੰਘ ਨੂੰ ਐਸਟਰਾ ਸ਼ੀਡ ਕਰਾਇਆ ਗਿਆ ਹਕੂਮਤ ਨੇ ਹੂੰ ਸੋ ਦੈਟਸ 올 ਵਾਟ ਆਈ ਵਾਂਟ ਟੂ ਸੇ ਸੋ ਤੁਸੀਂ ਗੱਲ ਕਹੀ ਹੈ ਕਿ ਇੰਟੈਲੀਜੈਂਸ ਇੰਟੈਲੀਜੈਂਸ ਦਾ ਕਮ ਹੋ ਸਕਦਾ ਹੈ ਲਗਾਤਾਰ ਇਸ ਦੇ ਉੱਤੇ ਵੱਡੀਆਂ ਟਿੱਪਣੀਆਂ ਵਿਆਰੀਆਂ ਨੇ ਜਦੋਂ ਆਪਾਂ ਕੁਝ ਫੈਕਟਸ ਨੂੰ ਖੋਲ ਕੇ ਦੇਖਦੇ ਹਾਂ ਠੀਕ ਹੈ ਫੈਕਟਸ ਖੋਲ ਕੇ ਦੇਖੀਏ ਫੈਕਟਸ ਵਿੱਚ ਕੁਝ ਗੱਲਾਂ ਹੋਰ ਸਾਹਮਣੇ ਆਈਆਂ ਨੇ ਜਿਨ੍ਹਾਂ ਦਾ ਜ਼ਿਕਰ ਤੁਸੀਂ ਵੀ ਕੀਤਾ ਤੁਸੀਂ ਵੀ ਤੁਹਾਡਾ ਵੀ ਤੁਹਾਨੂੰ ਕਿਹਾ ਕਿ ਤੁਹਾਨੂੰ ਯਕੀਨ ਹੈ ਇਸ ਗੱਲ ਦਾ ਕਿ ਉਹਦੇ ਮੱਥੇ ਤੇ ਗੋਲੀ ਵੱਜੀ ਸੀ ਫਿਰ ਜੇ ਇੰਨਾ ਸਭ ਕੁਝ ਹੋ ਗਿਆ ਹਾਲਾਂਕਿ ਜੇ ਗੱਲ ਕੀਤੀ ਜਾਵੇ ਦੀਪ ਸਿੱਧੂ ਕੋਈ ਛੋਟਾ ਨਾਮ ਨਹੀਂ ਸੀ ਹਰ ਇਨਸਾਨ ਹਰ ਹਰ ਯੂਥ ਅੱਜ ਦੇ ਰੇਟ ਚ ਉਸ ਦੇ ਫੋਲੋ ਕਰਦਾ ਹਰ ਯੂਥ ਉਹਨਾਂ ਦੇ ਉਹਨਾਂ ਦੀ ਉਹਨਾਂ ਇਸ ਸੋਚ ਨਾਲ ਕਿਤੇ ਨਾ ਕਿਤੇ ਰਾਬਤਾ ਰੱਖਦਾ ਬਹੁਤ ਸਾਰੇ ਲੋਕ ਅਜਿਹੇ ਵੀ ਸਨ ਜਿਨ੍ਹਾਂ ਦੇ ਸੋਚ ਦਾ ਕਈ ਵੇ ਰਾਬਤਾ ਨਹੀਂ ਹੁੰਦਾ ਪਰ ਫਿਰ ਵੀ ਉਹਨਾਂ ਦੀ ਉਹਨਾਂ ਦੀ ਅੱਖਾਂ ਨਮ ਸੀਗੀਆਂ ਪਰ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਤੇ ਪੂਰੀ ਤਰੀਕੇ ਨਾਲ ਜਾਂਚ ਕਰਨੀ ਬੇਹਦ ਜ਼ਰੂਰੀ ਸੀ ਕਿਉਂਕਿ ਪੰਜਾਬ ਦੇ ਵਿੱਚ ਦੱਦਾ ਲਿਆਂਦਾ ਗਿਆ ਉਸ ਤੋਂ ਬਾਅਦ ਅਗਲੇ ਦਿਨ ਅੰਦਰ ਸੰਸਕਾਰ ਕਰ ਦਿੱਤਾ ਜਾਂਦਾ ਬਹੁਤ ਜ਼ਰੂਰੀ ਸੀ ਜੀ ਪਰ ਸੰਡੇ ਕੋਲੇ ਕੋਈ ਪਾਵਰ ਨਹੀਂ ਹੈ ਅਸੀਂ ਗੁਲਾਮ ਲੋਕ ਹੈ ਤੇ ਜਿੱਦੋਂ ਉਹਨਾਂ ਦਾ ਸਸਕਾਰ ਹੋਇਆ ਉੱਥੇ ਨਾ ਤਾਂ ਬਾਦਲ ਦਾ ਕੋਈ ਨਮੈਂਦਾ ਪਹੁੰਚਿਆ ਨਾ ਐਸਟਪੀਸੀ ਦਾ ਨਮੈਂਦਾ ਪਹੁੰਚਿਆ ਨਾ ਆਮ ਆਦਮੀ ਪਾਰਟੀ ਦਾ ਹੈ ਨਾ ਭਾਜਪਾ ਦਾ ਹੈ ਨਾ ਟਕਸਾਲ ਦਮਦਮੀ ਟਕਸਾਲ ਐਸਟਪੀਸੀ ਦਾ ਸੋ ਮੇਰਾ ਮਤਲਬ ਹੈ ਕਿ ਐ ਚੇਤੇ ਚੇਤੇ ਉਹਨਾਂ ਦਾ ਪੋਸਟਮਾਰਟਮ ਕਰਾ ਕੇ ਪੰਜਾਬ ਭੇਜੇ ਗਏ ਹੈ ਤੇ ਤੋਂ ਮੈਂ ਪੁੱਛਦਾ ਸੀ ਕਿ ਮੈਰਿਟ ਨਹੀਂ ਚਲਦੀ ਤੁਸੀਂ ਅੱਜ ਜੀ ਆਇਆਂ ਨੂੰ ਤੁਸੀਂ ਆਏ ਹੋ ਕਿਉਂ ਕਰਕੇ ਮੇਰਾ ਬਿਆਨ ਨਹੀਂ ਹਕੂਮਤ ਇੰਡੀਆ ਦੀ ਛਪਨ ਦਿੰਦੀ ਟ੍ਰਿਬਿਊਨ ਦੇਖ ਲੋ ਟਾਈਮਸ ਆਫ ਇੰਡੀਆ ਹਿੰਦੂਸਤਾਨ ਟਾਈਮਸ ਇੰਡੀਅਨ ਐਕਸਪ੍ਰੈਸ ਯੂਐਨਆਈ ਪੀਟੀਆ ਹਕੂਮਤ ਕਹਿੰਦੀ ਹੈ ਕਿ ਜਿਵੇਂ ਕੋਵਿਡ ਦਾ ਮਰੀਜ਼ ਹੈ ਤੇ ਉਹ ਮਰਨ ਦੇ ਕਿਨਾਰੇ ਹੁੰਦਾ ਹੈ ਉਹਨੂੰ ਆਕਸੀਜਨ ਦਿੱਤਾ ਜਾਂਦਾ ਤੇ ਉਹਨੂੰ ਬਚਾਇਆ ਜਾਂਦਾ ਜੇ ਤੁਸੀਂ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਲਾਉਂਗੇ ਤੇ ਤੁਸੀਂ ਉਹਦੀ ਸੋਚ ਨੂੰ ਆਕਸੀਜਨ ਵਰਕਰ ਵਧਾਰੇ ਹੋਗੇ ਸੋ ਸਾਡੇ ਕੋਲੇ ਦਾ ਸਾਡੀ ਬਦਕਿਸਮਤੀ ਹੈ ਕਿ ਸਾਡੇ ਜਿੰਨੇ ਵੀ ਸਿੱਖ ਹੈਗੇ ਆ ਉਹ ਭੀਜਪੀ ਆਰਐਸਐਸ ਦੇ ਵਿੱਚ ਚਲੇ ਗਏ ਆ ਆਮ ਆਦਮੀ ਪਾਰਟੀ ਚਲੇ ਗਏ ਹੈ ਤੇ ਕੌਂਗਰੈਸ ਦੀ ਵੀ ਚਲੇ ਗਈ ਹੈ ਤੇ ਹੁਣ ਸਾਡੇ ਕੋਲੇ ਕੋਈ ਪਾਵਰਫੁਲ ਪੋਲਿਟিক্যাল ਸਟਰੈਂਥ ਨਹੀਂ ਹੈਗੀ ਜਿਸ ਕਰਕੇ ਕੋਈ ਵੀ ਬੰਦਾ ਇਹੋ ਜਿਹੀ ਆਵਾਜ਼ ਨਹੀਂ ਉਠਾ ਸਕਦਾ ਉੱਥੇ ਹਜ਼ਾਰਾਂ ਲੋਕ ਪਹੁੰਚ ਗਏ ਸੀਗੇ ਪਰ ਉਹ ਤਾਂ ਜਿਵੇਂ ਨੌਜਵਾਨ ਹੈਗੇ ਆ ਉਹੋ ਜਿਹੀ ਸਾਡਾ ਵੀ ਜਿਹੜਾ ਪ੍ਰੈਜ਼ੀਡੈਂਟ ਹੈਗਾ ਹਰਿਆਣੇ ਦਾ ਸਰਦਾਰ ਬੇਖਰ ਗੀਤ ਸਿੰਘ ਉਹ ਵੀ ਪੌਂਚ ਗੈਸੇਗੇ ਪਰ ਸਾਡੀ ਬਾਜ ਹਕੂਮਤ ਦੇ ਵਿੱਚ ਸੁਣੀ ਨਹੀਂ ਜਾਂਦੀ ਹੈ ਜੀ ਤੁਸੀਂ ਕਹਿੰਦੇ ਹੋ ਤੁਹਾਡੀ ਆਵਾਜ਼ ਹਕੂਮਤ ਦੇ ਵਿੱਚ ਸੁਣੀ ਨਹੀਂ ਜਾਂਦੀ ਜਿੱਥੇ ਤੱਕ ਮੈਂ ਜਾਣਦਾ ਤੁਹਾਡੇ ਤੇ ਕਈ ਵਾਰੀ ਦੇਸ਼ ਜ਼ਰੂਰ ਨੂੰ ਲੈ ਕੇ ਵੀ ਮੁਕਦਮੇ ਚੱਲੇ ਹਾਲਾਂਕਿ ਉਹਨਾਂ ਮੁਕਦਮਿਆਂ ਦੇ ਵਿੱਚ ਤੁਹਾਨੂੰ ਇਨਸਾਫ ਮਿਲਿਆ ਤੁਹਾਡੇ ਤੇ ਕੋਈ ਇਲਜ਼ਾਮ ਜਿਹੜਾ ਉਹ ਸਾਬਿਤ ਨਹੀਂ ਹੋ ਪਾਇਆ ਲਗਭਗ 30 ਦੇ ਕਰੀਬ ਸਮੇਂ ਜਿਤਨੇਕ ਮੈਂ ਜਾਣਦਾ ਜੋ ਮੇਰੀ ਨੌਲੇਜ ਕਹਿੰਦੀ ਹੈ ਸ਼ਾਇਦ ਉਸ ਤੋਂ ਜ਼ਿਆਦਾ ਹੀ ਤੁਹਾਨੂੰ ਡਿਟੇਨ ਵੀ ਕੀਤਾ ਗਿਆ ਕਈ ਵਾਰੀ ਫਿਰ ਵੀ ਤੁਹਾਨੂੰ ਜਿਹੜਾ ਤੁਹਾਡੇ ਖਿਲਾਫ ਜਿਹੜੇ ਸਾਹਮਣੇ ਨਹੀਂ ਆਪੰਦੇ ਫਿਰ ਤੁਸੀਂ ਕਿਦਾਂ ਕਹਿ ਸਕਦੇ ਹੋ ਕਿ ਹਕੂਮਤ ਜਿਹੜੀ ਹੈ ਉਹ ਤੁਹਾਡੇ ਨਾਲ ਇਨਸਾਫ ਨਹੀਂ ਕਰਦੀ ਜਾਂ ਤੁਹਾਡੀ ਗੱਲਾਂ ਨਹੀਂ ਸੁਣਦੀ ਜਾਂ ਤੁਹਾਡੇ ਬਿਆਨ ਨਹੀਂ ਮੰਨਦੀ ਤੁਹਾਨੂੰ ਕਿਉਂ ਇਹ ਲੱਗਦਾ ਤੁਸੀਂ ਆਪ ਹੀ ਦੱਸੋ ਕਿ ਤੁਹਾਡੇ ਉੱਤੇ ਕੋਈ 80 ਮੁਕੱਦਮੇ ਹੋਏ ਐ ਤੇ ਜਿਨ੍ਹਾਂ ਦੇ ਵਿੱਚ ਕੋਈ ਇਲਜ਼ਾਮ ਸਾਬਤ ਨਹੀਂ ਹੋਇਆ ਸਭ ਤਾਂ ਨਹੀਂ ਹੋਇਆ ਕਿਉਂ ਕਰਕੇ ਮੈਂ ਕੀਤਾ ਕੱਖ ਨਹੀਂ ਸੀਗਾ ਉਹ ਤਾਂ ਮੇਰੇ ਕੋ ਤੇ ਪਾਏ ਗਏ ਸੀਗੇ ਦੇਸਟਰੋਡ ਫਿਰ 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 ਇੰਡੀਆ ਦਾ ਸੰਵਿਧਾਨ ਤਾਂ ਤੁਹਾਡਾ ਸਾਥ ਹੀ ਹੋਇਆ ਨਾ ਫਿਰ ਤੁਹਾਡੇ ਖਿਲਾਫ ਕਿੱਦਾਂ ਹੋਇਆ ਚਲੋ ਮੇਰਾ ਸਾਥ ਹੀ ਹੋਇਆ ਪਰ 5 ਸਾਲ ਮੈਨੂੰ ਸੋਲੀਟਰੀ ਕਨਫਾਈਨਮੈਂਟ ਦੇ ਵਿੱਚ ਰੱਖਿਆ ਗਿਆ ਤੇ ਮੇਰੇ ਬੱਚਿਆਂ ਨੂੰ ਮੇਰੇ ਸਦਾਰਨੀ ਸਾਹਬ ਨੂੰ ਮੇਰੇ ਮਾਂ ਪਿਓ ਨੂੰ ਮੈਂ 5 ਸਾਲ ਹੱਥ ਵੀ ਨਹੀਂ ਲਾ ਸਕਿਆ ਤੇ ਹਾਂ ਨੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਇੰਡੀਆ ਮੇਰੇ ਨਾਲ ਹੈ ਫੇਰ ਮubarakat ਹੈ ਤੇ ਲਿਆਕਤ ਨੂੰ ਕੀ ਦੇਖੋ ਜੇ ਗੱਲ ਕੀਤੀ ਜਾਵੇ ਅਕਸਰ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿਉਂਕਿ ਤੁਹਾਡੀ ਦੇਖੋ ਤੁਹਾਡੀ ਵੀ ਕਿਤੇ ਨਾ ਕਿਤੇ ਡਿਮਾਂਡਸ ਹੈਗੀਆਂ ਨੇ ਇਸ ਗੱਲ ਨੂੰ ਭਾਵੇਂ ਮੰਨੀਏ ਨਾ ਮੰਨੀਏ ਪਰ ਸਿੱਖ ਹੋਮਲੈਂਡ ਦੀ ਡਿਮਾਂਡਸ ਹੈਗੀਆਂ ਨੇ ਇਹ ਗੱਲ ਤੁਸੀਂ ਵੀ ਮੰਨਦੇ ਹੋ ਜੇਕਰ ਗੱਲ ਕੀਤੀ ਜਾਵੇ ਤੁਸੀਂ ਕਹਿੰਦੇ ਹੋ ਕਿ ਇੰਡੀਆ ਦੇ ਵਿੱਚ ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਇੰਡੀਆ ਦੇ ਵਿੱਚ ਹੀ ਭਾਰਤ ਦੇ ਵਿੱਚ ਹੀ ਸਿੱਖ ਇੱਕ ਇੱਕ ਸਿੱਖ ਨੂੰ ਪ੍ਰਾਈਮ ਮਿਨਿਸਟਰ ਬਣਾ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ 10 ਸਾਲ ਉਹ ਉਥੇ ਵੀ ਬਤੌਰ ਪ੍ਰਧਾਨ ਮੰਤਰੀ ਸਰਵ ਕਰਦੇ ਨੇ ਔਰ ਲੋਕ ਉਹਨੂੰ ਪਸੰਦ ਵੀ ਕਰਦੇ ਜਨਾਬ ਜਦੋਂ ਮਹਾਰਾਜਾ ਰਣਜੀਤ ਸਿੰਘ ਲੋਰਡ ਦਰਬਾਰ ਸੀਗਾ ਸਾਡਾ ਜਿਹੜਾ ਪ੍ਰਾਈਮ ਮਿਨਿਸਟਰ ਸੀਗਾ ਉਹ Hindu ਸੀਗਾ ਜਿਹੜਾ ਖਜ਼ਾਨਾ ਵਜ਼ੀਰ ਸੀਗਾ ਉਹ Hindu ਸੀਗਾ ਜਿਹੜਾ ਫੋਰਨ ਮਿਨਿਸਟਰ ਸੀਗਾ ਉਹ ਮੁਸਲਮਾਨ ਸੀਗੇ ਜਿਹੜਾ ਤੋਪਖਾਨੇ ਦਾ ਇੰਚਾਰਜ ਸੀਗਾ ਮੁਸਲਮਾਨ ਸੀਗੇ ਪਰ ਹੈਗਾ ਤਾਂ ਸਿਕੰਦਰ ਰਾਹਤ ਸੀਗਾ ਸਮਝੋ ਇਹ ਤੋਂ ਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਇਹ ਹਿੰਦੂਵਾਂ ਦਾ ਰਾਜ ਹੈ ਤੇ ਪ੍ਰਾਈਮ ਮਿਨਿਸਟਰ ਨੂੰ ਉਸ ਤਰ੍ਹਾਂ ਹੀ ਚੱਲਣਾ ਪੈਂਦਾ ਜਿਵੇਂ ਹਿੰਦੂਤਵਾ ਦੀ ਪਾਲਿਸੀ ਇਹ ਫਰਜ਼ ਕਰ ਲੋ ਸਿੱਖਾਂ ਨੂੰ ਸਾਫਾ ਨਹੀਂ ਪੰਡਣ ਦਿੰਦੇ ਫਰਾਂਸ ਦੇ ਵਿਚੋਂ ਤੇ ਸਦਰਮਨ ਮੋਨਸੇਰੋਟੇ ਡੋਵਰੀਕ ਜਾ ਕੇ ਆਏ ਹੈ ਉਹ ਫਰਾਂਸ ਨੂੰ ਨਹੀਂ ਕਹਿ ਸਕੇ ਕਿ ਸਿਕੰਦਰ ਇਹ ਹੈਡਗিয়ার ਹੈ ਤੇ ਇਹਦੇ ਤੇ پابੰਦੀ ਨਾ ਲਾਓ ਹਮ ਤੇ ਗਿਆਨੀ ਜ਼ੈਲ ਸਿੰਘ ਪ੍ਰੈਜ਼ੀਡੈਂਟ ਆਫ ਨਿਗੇਦੇਸੀ ਜਨਾਬ ਬਹਾਦਰ ਤੇ ਉਹਨਾਂ ਦੇ ਸਮੇਂ ਟੈਂਕ ਤੇ ਟੋਪਾਂ ਦਰਬਾਰ ਸਾਹਿਬ ਦੇ ਵਿੱਚ ਵਾਰ ਦਿੱਤੀਆਂ ਗਈਆਂ ਸੀ ਅਕਾਲ ਤਖਤ ਸਾਹਿਬ ਨੂੰ ਤਬਾਹ ਕਰਤਾ ਸੀਗਾ ਕੋਈ 20000 ਜਿਹੜੇ ਉੱਥੇ ਆਏ ਸੀਗੇ 6 ਜੂਨ ਨੂੰ 5 ਪਾਚਰ ਦਾ 6th ਦਿਵਸ ਮਰਨ ਨੂੰ ਉਹਨਾਂ ਦਾ ਕਤਲ ਕੀਤਾ ਗਿਆ ਸੀਗਾ ਮੈਸਕਰ ਕੀਤਾ ਗਿਆ ਸੀ ਸਾਡਾ ਤੋਸ਼ਾ ਖਾਣਾ ਫੌਜਾਂ ਲੁੱਟ ਕੇ ਲੈ ਗਈਆਂ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟ ਕੇ ਲੈ ਗਈ ਸਾਡੀ ਨਵੀਂ ਜਿਹੜੀ ਲੀਡਰਸ਼ਿਪ ਉੱਭਰ ਰਹੀ ਸੀ ਸੰਤ ਜਨੈਲ ਸਿੰਘ ਪਿੰਡਾ ਵਾਲੇ ਆਨਾਰ ਉਹਨਾਂ ਨੂੰ ਅਸੈਸਿਨੇਟ ਉਹਨਾਂ ਨੂੰ ਤਬਾਹ ਕੀਤਾ ਗਿਆ ਤੇ ਫੇਰ ਤੁਸੀਂ ਕਹਿੰਦੇ ਹੋ ਕਿ ਜੀ ਸਿੱਖ ਪ੍ਰੈਜ਼ੀਡੈਂਟ ਵੀ ਹੈ ਤੇ ਸਿੱਖ ਪ੍ਰਾਈਮ ਮਿਨਿਸਟਰ ਵੀ ਹੈ ਤੇ 2013 ਦੇ ਵਿੱਚ ਜਨਾਬ ਜੀ ਮੋਤੀ ਸਾਹਿਬ ਚੀਫ ਮਿਨਿਸਟਰ ਸੀਗੇ ਗੁਜਰਾਤ ਦੇ 60000 ਸਿੱਖ ਜਿਹੜੇ ਜ਼ਿਮੀਦਾਰ ਸੀਗੇ ਉਹਨਾਂ ਨੂੰ ਬੇ ਜ਼ਮੀਰੇ ਕਰਤਾ ਜ਼ਮੀਨੇ ਕਰਤਾ ਸੀ ਬੇ ਘਰ ਕਰਤਾ ਸੀਗਾ ਉਸ ਵੇਲੇ ਸਰ ਮਨਮੋਹ ਸਿੰਘ ਉਹ ਤੇ ਪ੍ਰਾਇਮਿਸਟਰ ਸੀਗੇ ਪਰ ਜੇ ਉਹ ਸਿੱਖਾਂ ਦੀ ਚਲਦੀ ਹੁੰਦੀ ਤਾਂ ਸਰ ਮਨਮੋਹ ਸਿੰਘ ਇਹ ਚੀਜ਼ ਹੌਣ ਦਿੰਦੇ ਸੀਗੇ ਹੂੰ ਸੋ ਤੁਸੀਂ ਠੀਕ ਹੈ ਤੁਸੀਂ ਬਾਬੂ ਜੀ ਉਹ ਸਾਡੇ ਤੁਸੀਂ ਸਬਮਿਟ ਦਿਓ ਕਿ ਸਾਨੂੰ ਜਸਟਿਸ ਮਿਲਦੀ ਹੈ ਫਿਰ ਬਲੂ ਸਟਾਰ ਕਿਉਂ ਹੋਇਆ ਸਾਡੇ ਲੀਡਰਸ਼ਿਪ ਨੂੰ ਕਿਉਂ ਅਸੈਸਿਨੇਟ ਕੀਤਾ ਗਿਆ ਮੈਨੂੰ ਕਿਉਂ ਇਹ 5 ਸਾਲ ਸੋਲੀਟਰੀ ਕਨਫਾਈਨਮੈਂਟ ਦੇ ਵਿੱਚ ਰੱਖਿਆ ਗਿਆ ਆ ਮੇਰੀ ਦਾੜੀ ਪੱਟੀ ਹੋਈ ਹੈ ਛੋਟੋ ਥੋੜੀ ਚ ਦਾੜੀ ਦੀ ਹੈ ਦੋ ਹਿੱਸੇ ਮੇਰੀ ਦਾੜੀ ਤੇ ਕੀਤੇ ਪਏ ਐ ਹੂੰ ਤੇ ਫੇਰ ਇੰਡੀਆ ਇਹ ਹੀ ਮੇਰਾ ਸਾਥੀ ਹੈ ਹਮ ਐ ਤਾਂ ਨਾ ਇਹ ਦੇਖੋ ਜੇ ਤੁਸੀਂ ਜੇ ਤੁਸੀਂ ਫੇਰ ਇਹ ਤੁਸੀਂ ਫੇਰ ਇੰਟਰਵਿਊ ਕਰਨੀ ਹੈ ਨਾ ਹਮ ਤੇ ਠੀਕ ਹੈ ਮੈਨੂੰ ਕੋਈ ਐ ਇੰਪੋਰਟੈਂਟ ਬੰਦਾ ਨਾ ਸਮਝੋ ਕਿ ਇਹ ਖੱਸੀ ਜਿਹਾ ਬੰਦਾ ਹੈ ਨੋ ਨੋ ਆਮ ਨੋਟ ਥਿੰਕਿੰਗ ਲਾਈਕ ਥੈਟ ਐਟ 올 ਜੀ ਫੇਰ ਆਈ ਮੀਨ ਟੂ ਸੇ ਆਮ ਟੈਲਿੰਗ ਊ ਵਿਦ ਥਰੂਥ That India doesn't care two hoots for the Sikhs. When hmm. I say that, it's been recorded by you, hmm. whether you like it or not, you can telecast it. Hmm. But that's my version of it. Your version hmm. is that Sikhs are a great people, hmm. they are loved by the Hindu Indian state hmm. and they are flourishing. Hmm. They, there's no cabinet minister in Modi Sabs. Cabinet, hmm. there is no Sikh in the Supreme Court, hmm. there is no Sikh in the Election Commission, hmm. there is no Sikh general in Kashmir and Ladakh, hmm. there is no Sikh officer, civil officer in Kashmir, hmm. which is an important state for the Sikhs. Hmm. The Hindu state is very benevolent and very good. ਆ ਆਮ ਵੈਰੀ ਇੰਪ੍ਰੈਸਡ ਵਿਦ ਯੋ ਨਾ ਆਮ ਨਾਟ ਸੇਇੰਗ ਇਟ ਲਾਈਕ ਥੈਟ ਬਟ ਤੁਸੀਂ ਇਹਨੂੰ ਜੇ ਮੈਂ ਗੱਲ ਕਰਕੇ ਇੱਕ ਨਾਰਮਲੀ ਫੈਕਟਸ ਲੈ ਕੇ ਚੱਲਦਾ ਵਾਂ ਜੇ ਹੁਣ ਮੈਂ ਰੀਸੈਂਟਲੀ ਗੱਲ ਕਰਾਂ ਜੋ ਗਲਵਾਨ ਘਾਟੀ ਦੇ ਵਿੱਚ ਸਭ ਕੁਝ ਹੋਇਆ ਉੱਥੇ ਵੀ ਸਿੱਖ ਰੈਜੀਮੈਂਟ ਹੀ ਸਭ ਤੋਂ ਅੱਗੇ ਸੀਗਾ ਲੇਟਰ ਔਨ ਬਿਕੋਜ਼ ਦ ਸਿੱਖਸ ਆ ਸੈਕਰੀਫਿਸ਼ੀਅਲ ਗੋਟਸ ਉੱਥੇ ਜਦੋਂ ਨਿਸ਼ਾਨ ਸਾਹਿਬ ਲੈ ਕੇ ਗਏ ਹੈ ਤਾਂ ਫਿਰ ਸਿੱਖਾਂ ਨੇ ਰੋਕਿਆ ਹੈ ਤੁਹਾਨੂੰ ਇਹ ਪਤਾ ਹੈ 18 34 ਦੇ ਵਿੱਚ ਲੋਹਰ ਤੇ ਬਾਰ ਬਾਰ ਰਾਜਾ ਦੀ ਰਣਜੀਤ ਸਿੰਘ ਦੀ ਫੌਜ ਨੇ ਲਦਾਖ ਫਤਿਹ ਕਰਕੇ ਸਿੱਖ ਹਕੂਮਤ ਦੇ ਨਾਲ ਲਾਇਆ ਸੀਗਾ ਤੇ ਸਿੱਖਾਂ ਦੀ ਉਹ ਬਹੁਤ ਮੈਮਰੇਬਲ ਯਾਦਗਾਰ ਹੈ ਸਾਡੀ ਕਿ ਇਹ ਸਾਡਾ ਹਿੱਸਾ ਹੈਗਾ ਤੇ ਜਦੋਂ ਵਿਪਤਾ ਪੈਂਦੀ ਹੈ ਫੇਰ ਆਪਣੇ ਕੀਰਤਨ ਵੀ ਹੁੰਦੇ ਤੁਹਾਡੇ ਟੈਲੀਵਿਜ਼ਨਸ ਦੇ ਉੱਤੇ ਰੇਡੀਓਸ ਦੇ ਉੱਤੇ ਤੇ ਉਤੋਂ ਬਾਅਦ ਤਾਂ ਦੱਸੋ ਕਦੋਂ ਹੁੰਦਾ ਇਹ ਹੁਣ ਠੀਕ ਹੈ ਤੁਸੀਂ ਹੁਣ ਹਿੰਦੂਤਵਾ ਦੇ ਨਾਲ ਤੋੜਾ ਸਾਰਾ ਕੁਝ ਚੱਲ ਰਿਹਾ ਹੈ ਪਰ ਸਾਡੀ ਗੱਲ ਵੀ ਤਾਂ ਸੁਣੋ ਕਿ ਇਹ ਅਸੀਂ ਗੁਲਾਮ ਸਮਝਦੇ ਆਪਾਂ ਆਪਣੇ ਆਪ ਨੂੰ ਤਦੇ ਸਦਰਦੀਪ ਸਿੰਘ ਦੀ ਇਨਵੈਸਟੀਗੇਸ਼ਨ ਨਹੀਂ ਹੋਈ ਕਿ ਉਹ ਕਰਕੇ ਇਹਨਾਂ ਤੇ ਇਨਵੈਸਟੀਗੇਸ਼ਨ ਇੰਟਰਨੈਸ਼ਨਲ ਪੱਧਰ ਤੇ ਹੋਣੀ ਚਾਹੀਦੀ ਹੈ ਜਿਵੇਂ ਲਿਬਨਾਨ ਦੇ ਪ੍ਰਾਈਮ ਮਿਨਿਸਟਰ ਹਰਾਰੇ ਦੀ ਹੋਈ ਸੀ ਜਿਵੇਂ ਬੀਪੀ ਬੇਨਜ਼ਾਰ ਬੇਨਜ਼ੀਟ ਪੁਰਤੋ ਦੀ ਹੋਸੀ ਪਰ ਸਾਡੇ ਕੋਲੇ ਇੰਨਾ ਸਾਥ-ਸੱਥ ਹੈ ਨਹੀਂ ਨਾ ਸੀ ਇੰਨੀ ਪਹੁੰਚ ਹੈ ਤੇ ਅਸੀਂ ਨਹੀਂ ਕਰ ਸਕਦੇ ਜਾਣਦੇ ਤਾਂ ਅਸੀਂ ਸਾਰਾ ਕੁਝ ਹੈ ਐਨਾ ਸਮਝੋ ਕੀ ਹੈ ਉਹ ਮਾਲ ਹੈ ਜਾਣਦੇ ਸਾਰਾ ਕੁਝ ਹੈ ਪਰ ਨਹੀਂ ਕਰ ਸਕਦੇ ਅਸੀਂ ਗੁਲਾਮ ਹੈ ਤੁਸੀਂ ਠੀਕ ਹੈ ਤੁਹਾਡਾ ਮੁਬਾਰਕ ਤੁਸੀਂ ਆਪਣੇ ਆਪ ਨੂੰ ਆਜ਼ਾਦ ਸਮਝਦੇ ਹੋ ਦੈਟਸ ਯੂਰ ਗੁੱਡ ਲੱਕ ਦੈਟਸ ਯੂਰ ਓਪੀਨੀਅਨ ਐਂਡ ਆਈ ਅਪਰੀਸ਼ੀਏਟਡ ਇਸ ਜਦੋਂ ਦੀਪ ਸਿੱਧੂ ਦਾ ਅੰਤਿ ਸਸਕਾਰ ਸੀਗਾ ਉਸ ਸਮੇਂ ਸੋਨੀਆ ਮਾਨ ਦਾ ਵੀ ਇੱਕ ਬਿਆਨ ਸਾਹਮਣੇ ਆਉਂਦਾ ਉਹਨਾਂ ਦਾ ਇਹ ਕਹਿਣਾ ਕਿ ਹੋ ਸਕਦਾ ਹੈ ਕਿ ਅਗਲਾ ਨਿਸ਼ਾਨਾ ਹੁਣ ਉਹਨਾਂ ਤੇ ਸੱਧਿਆ ਜਾਵੇ ਉਹਨੂੰ ਤੁਸੀਂ ਕਿਸ ਤਰੀਕੇ ਦੇਖਦੇ ਹੋ ਕਿਉਂਕਿ ਕਿਤੇ ਨਾ ਕਿਤੇ ਜਿਵੇਂ ਮੈਂ ਗੱਲ ਕਰਾਂ ਕਿਉਂਕਿ ਇਹ ਗੱਲ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਗੱਲ ਕਿਤੇ ਨਾ ਕਿਤੇ ਜੁੜਦੀ ਜ਼ਰੂਰ ਆ हां बीबी सोनिया कौर ਮੋਂ ਸਾਡੇ ਕੋਲੇ 20 ਦਿਨ ਰਹੇ ਆ ਉਹਨਾਂ ਨੂੰ ਬਹੁਤ ਧਮਕੀਆਂ ਆਈਆਂ ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਇਹ ਧਮਕੀਆਂ ਦੇ ਨੰਬਰ ਤੁਸੀਂ ਲਿਖ ਕੇ ਸਾਨੂੰ ਦਿਓ ਜਿਹੜਾ ਸੀ ਹਕੂਮਤ ਨੂੰ ਭੇਜੀਏ ਤੇ ਉਹ ਦੇਣਗੇ ਸਾਨੂੰ ਉਹ ਨੰਬਰ ਜਿੱਥੋਂ ਧਮਕੀਆਂ ਆਉਂਦੀਆਂ ਬਿਲਕੁਲ ਠੀਕ ਕੇ ਹੈ ਬੀਬੀ ਸੋਨੀਆ ਕੌਰ ਨੇ ਸੋ ਕੱਲ ਜਿਹੜਾ ਹੈ ਦੀਪ ਸਿੱਧੂ ਦੀ ਅੰਤਿਮ ਅਰਦਾਸ ਦਾ ਇਕ ਸਮਾਗਮ ਜਿਹੜਾ ਇੱਥੇ ਰੱਖਿਆ ਗਿਆ ਹੈ ਉਹਨੂੰ ਉਹਨੂੰ ਫੋਨ ਕਿਸ ਤਰੀਕੇ ਦੇ ਦੇ ਕਿਉਂਕਿ ਜੋ ਕਿਹਾ ਜਾ ਰਿਹਾ ਜੋ ਜੋ ਸੁਣਾਇਆ ਜਾ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚਣ ਦੀ ਸੰਭਾਵਨਾ ਲਗਾਈ ਜਾ ਰਹੀ ਹੈ ਆਪਕੀ ਨੂੰ ਸਿੱਖਾਂ ਦੇ ਬਾਰੇ ਜਿਆਦਾ ਪਤਾ ਨਹੀਂ ਜਿਹੜਾ ਇਹੋ ਜਿਹਾ ਸ਼ਹੀਦ ਹੁੰਦਾ ਹੈ ਜਾਂ ਚੰਗਾ ਇਨਸਾਨ ਹੁੰਦਾ ਹੈ ਜੀ ਉਹਨਾਂ ਦੀ ਅੰਤਮ ਅਰਦਾਸ ਵੀ ਹੁੰਦੀ ਹੈ ਹੂੰ ਜੇ ਤੋਂ ਵੀ ਉਹਨਾਂ ਨੂੰ ਯਾਦ ਕਰ ਲੀਓ ਉਦੋਂ ਉਹਨਾਂ ਦੀ ਅਰਦਾਸ ਹੋ ਜਾਂਦੀ ਹੈ ਇਹ ਅਰਦਾਸ ਕੱਲ ਹੋਊਗੀ ਹੂੰ ਅੰਤਮ ਅਰਦਾਸ ਦੀਪ ਸਿੰਘ ਜੀ ਦੇ ਹੋਸਾ ਦੀ ਕਿਉਂਕਿ ਉਹ ਇੱਕ ਸਿੱਖ ਹੀਰੋ ਹੈ ਜੀ ਸੋ ਉਹਨਾਂ ਦੀ ਕੱਲ ਅਰਦਾਸ ਹੋਊਗੀ ਹੂੰ ਤੇ ਸਾਡੇ ਕੋਲੇ ਇਨਫੋਰਮੇਸ਼ਨ ਨੇ ਵੀ ਪਹੁੰਚੀ ਹੈ ਕਿ ਬਦਲਦリエ ਤੇ ਜਿਹੜੀ ਸੰਸਮਾਜ ਹੈ ਸ਼ਿਫਸਰ ਨੇ ਹਮ ਤੇ ਪ੍ਰੇਮੀ ਨੇ ਸਰਸੇ ਵਾਲੇ ਹਮ ਉਹ ਅੰਦਰ ਆ ਕੇ ਗੜਬੜ ਕਰ ਸਕਦੇ ਐ ਹਮ ਤੇ ਉਹਨਾਂ ਦਾ ਅਸੀਂ ਪੂਰਾ ਖਿਆਲ ਰੱਖਿਆ ਹੋਇਆ ਹੈ ਹਮ ਤੇ ਅਸੀਂ ਕੋਈ ਗੜਬੜ ਨਹੀਂ ਹੋਣ ਦੇਣੀ ਹੈਗੀ ਹਮ ਤੇ ਜਿਹੜਾ ਆਉਂਦਾ ਹੁਣ ਸਮਾਂ ਕੁਝ ਹੁਣ ਸਵਾਲ ਕਿਉਂਕਿ ਦੇਖੋ ਤੁਸੀਂ ਚੋਣਾਂ ਵੀ ਲੜੀਆਂ ਨੇ ਚੋਣਾਂ ਤੋਂ ਬਾਅਦ ਹੁਣ ਤੁਸੀਂ ਥੋੜਾ ਜਿਹਾ ਪ੍ਰਚਾਰ 'ਚ ਤੁਸੀਂ ਵਸਤ 'ਚ ਕਿ ਹੁਣ ਥੋੜਾ ਸਮਾਂ ਬਾਹਰ ਨੂੰ ਆਇਆ ਤੁਸੀਂ ਸਾਰੇ ਕੋਈ ਕਲ ਦੀਪ ਸਿੱਧੂ ਹਣਾਂ ਦੇ ਪਰਿਵਾਰ ਨਾਲ ਵੀ ਮਿਲ ਕੇ ਆਏ ਹੋ ਉਹਨਾਂ ਨਾਲ ਵੀ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕੀਤੇ ਹੋਣਗੇ ਕਿਸ ਕਿਸ ਤਰੀਕੇ ਦਾ ਮਾਹੌਲ ਹੈ ਇਸ ਵੇਲੇ ਕਿਉਂਕਿ ਇੱਕ ਬਹੁਤ ਵੱਡਾ ਝਟਕਾ ਹੈ ਦੀਪ ਸਿੱਧੂ ਦੇ ਪਰਿਵਾਰ ਨੂੰ ਵੀ ਨਾ ਜਿਹਦੇ ਕਾਰਨ ਜਵਾਨ ਆਦਮੀ ਪੂਰਾ ਹੋ ਜੇ ਹੂੰ ਤੇ ਤੁਸੀਂ ਇਨਸਾਨ ਨੂੰ ਤੁਸੀਂ ਆਪ ਹੀ ਨਜ਼ਰ ਲਾ ਲੋ ਕਿ ਕਿਹੋ ਜਿਹਾ ਮਾਹੌਲ ਹੋਊਗਾ ਜੀ ਉਹਦੇ ਚ ਮੈਂ ਕੀ ਦੱਸ ਸਕਦਾ ਹੂੰ ਉਹ ਤਾਂ ਤੁਹਾਡੇ ਵੀ ਮਹਿਸੂਸ ਕਦੇ ਨਾ ਕਦੇ ਕੀਤਾ ਹੋਊਗਾ ਬਿਲਕੁਲ ਫਿਰ ਉਹ ਜਿਹਾ ਹੀ ਮਾਹੌਲ ਹੋ ਸਕਦਾ ਹੂੰ ਇਹ ਹੁਣ ਚੋਣਾ ਜੇ ਆ ਜਾਂਦੀ ਹੈ ਹੁਣ ਚੋਣਾ ਦਾ 10 ਤਰੀਕ ਨੂੰ ਜੇ ਰਿਜ਼ਲਟ ਆ ਜਾਂਦਾ ਲੋਕਾਂ ਨੇ ਵੋਟਾਂ ਪਾਈਆਂ ਨੇ ਆਪਣਾ ਰੁੱਖ ਕਿਸ ਕਿਸ ਤਰੀਕੇ ਦਾ ਰਹੇਗਾ ਜੇ ਤੁਹਾਨੂੰ ਸੀਟ ਆ ਜਾਂਦੀ ਹੈ ਕਿਸ 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 ਸੋਚ ਦੇ ਉੱਤੇ ਇਹ ਕਿਹੜੇ ਅਜਿਹੇ ਚੀਜ਼ਾਂ ਨੇ ਜਿੰਨਾ ਤੋਂ ਜ਼ਿਆਦਾ ਜਿਹੜਾ ਫੋਕਸ ਕੀਤਾ ਜਾਏਗਾ ਇੱਕ ਤਾਂ ਸਾਡੇ ਸੂਬੇ ਦੇ ਵਿੱਚ ਗਰੀਬੀ ਬਹੁਤ ਹੈ ਇੱਕ ਪਾਕਿਸਤਾਨ ਦੇ ਨਾਲ ਬਾਰਡਰ ਖੁੱਲਣਾ ਚਾਹੀਦਾ ਜਿਵੇਂ WTO ਨੇ ਕਿਹਾ ਹੈ ਤੇ ਇੰਡੀਆ ਨੇ ਉਹਦੇ ਤੇ ਦਸੂਹ ਕੀਤੇ ਹੈ ਇਹਨਾਂ ਸੱਟੇ ਜਿਹੜੇ ਕਿਸਾਨ ਹੈਗੇ ਆ ਉਹਨਾਂ ਦੀਆਂ ਜਨਸਾਂ ਭਾਰਤ ਦੇ ਮੁਲਕਾਂ ਦੇ ਵਿੱਚ ਵਿਕਣ ਗਿਆ ਤੇ ਅੱਜ ਪਾਕਿਸਤਾਨ ਦੇ ਵਿੱਚ ਘਾਟ ਹੈ ਕਿ ਇਹ ਕਣਕ ਦੀ ਉਹ ਰੂਸ ਤੋਂ ਮੰਗਾ ਰਿਹਾ ਜਦੋਂ ਸਰਟੀ ਵਾਟਰਨ ਨਾਲ ਲੱਗਦੀ ਹੈ ਪਾਕਿਸਤਾਨ ਦੇ ਨਾਲ ਇੱਥੋਂ ਕਣਕ ਕਿਉਂ ਨਹੀਂ ਅਸੀਂ ਜਾ ਕੇ ਉੱਥੇ ਮੰਡੀਆਂ ਦੇ ਵਿੱਚ ਵੇਚ ਸਕਦੇ ਫਿਰ ਇਹਦੇ ਨਾਲ ਟਰਾਂਸਪੋਰਟ ਵੀ ਵਧੂਗੀ ਹੂੰ ਟਰਾਂਸਪੋਰਟ ਵੀ ਸਰਦੀ ਪੰਜਾਬੀ ਸਿਕਾਂ ਦਾ ਇੱਕ ਕਿੱਤੇ ਹੂੰ ਤੇ ਜਿਹੜੀ ਬੇਰਜ਼ਗਾਰੀ ਹੈ ਉਹ ਵੀ ਕਿਸੇ ਤਰ੍ਹਾਂ ਦੇ ਉੱਤੇ ਉਹਦੇ ਵਿੱਚ ਮਸਰੂਫ ਹੋ ਜੂਗੀ ਹੂੰ ਫੇ ਜਿਹੜੇ ਸਾਡੇ ਲਾਲੇ ਪਾਣੀਏ ਹੂੰ ਇਹਨਾਂ ਦੀ ਵੀ ਟਰੇਡ ਤੇ ਵਪਾਰ ਵਧੂਗਾ ਹੂੰ ਇਹ ਵੀ ਚੰਗੇ ਖਾਂਦੇ ਪਿੰਦੇ ਲੋਕ ਬਣ ਜਾਣਗੇ ਹੂੰ ਜਿਹੜੇ ਸਾਡੇ ਕਿਸਾਨ ਮਜ਼ਦੂਰ ਹੈ ਉਹ ਵੀ ਵਧੀਆ ਹੋਣਗੇ ਪਰ ਅੱਜ ਜਿਹੜੇ ਸਾਡੇ ਗਰੀਬਾਂ ਦੀ ਹਾਲਤ ਹੈ ਇੰਦਰਾ ਗਾਂਧੀ ਨੇ ਨਾਅਰਾ ਦਿੱਤਾ ਸੀਗਾ ਕਿ ਰੋਟੀ ਕੱਪੜਾ ਮਕਾਨ ਅਸੀਂ ਦਵਾਂਗੇ ਪਰ ਮੈਂ ਤਾਂ ਨਹੀਂ ਦੇਖਿਆ ਕਿ ਰੋਟੀ ਕੱਪੜਾ ਮਕਾਨ ਕਿਸੇ ਵੀ ਗਰੀਬ ਆਦਮੀ ਦਾ ਹੈਗਾ ਉਹਨਾਂ ਦੀ ਜੱਦ ਤਾਂ ਛੋਣੀ ਹੈ ਜਦੋਂ ਮੀਂਹ ਪੈ ਜੇ ਇੱਕੋ ਹੀ ਉਹਨਾਂ ਦੇ ਕੋਲ ਇੱਕ ਕਮਰਾ ਹੈ ਉੱਥੇ ਮਾੜਕ ਤੇ ਬੀਬੀ ਪੈਂਦੇ ਐ ਹੂੰ ਉਹਨਾਂ ਦੀ ਜਵਾਨ ਟੀ ਵਿਆਹੀ ਹੋਈ ਜੇ ਆਏ ਜਵਾਈ ਵੀ ਉੱਥੇ ਪੈਂਦਾ ਹੂੰ ਉਹਨਾਂ ਦੀ ਨੂੰ ਵੀ ਪੈਂਦੀ ਐ ਤੇ ਉਹਨਾਂ ਦਾ ਮੁੰਡਾ ਵੀ ਉੱਥੇ ਪੈਂਦਾ ਹੂੰ ਤੇ ਜਿੱਦਣ ਬਹੁਤ ਠੰਡ ਹੋ ਜੇ ਫੇਰ ਉਹਨਾਂ ਦੀ ਮੱਝ ਜਿਹੜੀ ਬਾਹਰ ਬੰਨੀ ਹੁੰਦੀ ਆ ਉਹ ਵੀ ਅੰਦਰ ਹੁੰਦੀ ਐ ਹੂੰ ਤੇ ਤੁਸੀਂ ਸਮਝਦੇ ਹੋ ਕਿ ਇਹ ਜ਼ਿੰਦਗੀ ਹੈ 1947 ਤੋਂ ਬਾਅਦ ਜਿਹੜੀਆਂ ਸਰਕਾਰਾਂ ਆਈਆਂ ਹੂੰ ਜਿੰਦਾਂ ਨੇ ਇਹ ਹੋ ਗਿਆ ਇਹ ਇਹ ਜ਼ੁਲਮ ਸਾਡੇ ਗਰੀਬਾਂ ਦੇ ਉੱਤੇ ਕੀਤਾ ਹੈ ਇਹ ਕੀ ਜਾਇਜ਼ ਹੈ ਇਹ ਸਾਰੀ ਨਾ ਚੀਜ਼ਾਂ ਸੀ ਨੋਟਿਸ ਤੇ ਅਜੇ ਤੱਕ ਅਸੈਂਬਲੀ ਦੇ ਵਿੱਚ ਗੱਲ ਹੀ ਨਹੀਂ ਹੋਈ ਕਿ ਸ ਜਰਨੈਲ ਸਿੰਘ ਪਿੰਡਾਂ ਵਾਲਿਆਂ ਦਾ ਪੂਪ ਕਿੱਥੇ ਪਿਆ ਫੁੱਲ ਕਿੱਥੇ ਪਏ ਹੈ ਤੇ ਕਿ ਮੇ ਉਸੇ ਦਿhoe ਹੈ ਉਹਨਾਂ ਦੇ ਜਿਹੜੇ ਅਸਲਾ ਸੀ ਉਹ ਕਿੱਥੇ ਹੈ ਉਹ ਕਾਲ ਤਕਤ ਸਾਹਿਬ ਦੇ ਉੱਤੇ ਕਿਉਂ ਜਮਾ ਹੋਇਆ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਤੇ ਜਨਰਲ ਸ਼ਵੇਤ ਸਿੰਘ ਜਿਨੇ ਬੰਗਲਾਦੇਸ਼ ਦੀ ਲੜਾਈ ਕੀਤੀ ਹੈ ਤੇ ਜਤਵਾਈ ਹੈ ਇੰਡੀਆ ਨੂੰ ਉਹਦਾ ਵੀ ਨਿਪਟਾਕੀ ਉਹਨਾਂ ਦਾ ਭੋਗ ਕਿੱਥੇ ਪਿਆ ਉਹਨਾਂ ਦੇ ਫੁੱਲ ਕਿੱਥੇ ਪਏ ਹੈ ਸਾਰਾ ਕੁਝ ਸਾਨੂੰ ਤਾਂ ਕੋਈ ਪਤਾ ਨਹੀਂ ਹੈਗਾ ਜਿਹੜਾ 1984 ਦੇ ਵਿੱਚ ਆਪਣੇ ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਸਭ ਨੂੰ ਕੋਈ ਕਮਿਸ਼ਨ ਬਣਾਉਣਾ ਚਾਹੀਦਾ ਸੀ ਪਤਾ ਕਰੀਏ ਜਿਹੜਾ ਰਜੀਵ ਕਾਂਦੀ ਨੇ ਕਤਲਿਆਮ ਕੀਤਾ ਹੈ ਹੂੰ ਉਹ ਕਿਵੇਂ ਹੋਇਆ ਕਿਉਂ ਹੋਇਆ ਕਿਹੜੇ ਇਹ ਕਸੂਰਵਾਰ ਨੇ ਹੂੰ ਕਿਉਂ ਕਰਕੇ ਜਿਹੜੇ ਪਿਛਲੇ ਕਮਿਸ਼ਨ ਬਣੇ ਹੈ ਹੂੰ ਉਹਨਾਂ ਨੇ ਤਾਂ ਸਾਢੇ ਅੱਖਾਂ ਦੇ ਵਿੱਚ ਘੱਟਾ ਪਾਇਆ ਉਹਨਾਂ ਨੇ ਤਾਂ ਕੱਖ ਨਹੀਂ ਦੱਸਿਆ ਹੈਗਾ ਹੂੰ ਤੇ ਕੇਚਰੀਵਾਲ ਸਾਹਿਬ ਨੂੰ ਮਾਤਾ ਵੀ ਪਾਸ ਕਰਨਾ ਚਾਹੀਦਾ ਸੀਗਾ ਹੂੰ ਜਿਹੜਾ ਕੁਛ ਸਿੱਖ ਕੌਮ ਦੇ ਨਾਲ ਹੋਇਆ ਪਰ ਉਹਨਾਂ ਦੀ ਕੈਬਨਿਟ ਦੇ ਵਿੱਚ ਵੀ ਕੋਈ ਸਿੱਖ ਨਹੀਂ ਹੈ ਸੋ ਸਿੱਖਾਂ ਨੂੰ ਇੱਕ ਬਾਗ ਦੀ ਮੌਲੀ ਸਮਝਿਆ ਜਾਂਦਾ ਹੈ ਤੇ ਵੀ ਵਾਟ ਟੂ ਅਸਰਟ ਅ ਰਾਈਟਸ ਦੈਟ ਵੀ ਆਰ ਅ ਸੈਪਰੇਟ ਨੈਸ਼ਨੈਲਿਟੀ ਐਂਡ ਜਿਹੜਾ ਜੜਖਨਾ ਕੇ ਕੰਟਰੀ ਦੇ ਵਿੱਚ ਬਿਆਨ ਦੇ ਦਿੰਦਾ ਜਿਵੇਂ ਬੀਜੇਪੀ ਦਾ ਪ੍ਰੈਜ਼ੀਡੈਂਟ ਮਿਸਟਰ ਕਿਰ ਮਦਰ ਨਾਡਾ ਜੀ ਜੀ ਡਾਡਾ ਨਾਟਾ ਸਾਹਿਬ ਤੇ ਕੈਪਟਨ ਅਮਰਿੰਦਰ ਸਿੰਘ ਬੈਠ ਕੇ ਕਹਿ ਦਿੰਦੇ ਆ ਕਿ ਜੇ ਸਾਡੀ ਸਰਕਾਰ ਨਾ ਆਈ ਤਾਂ ਪੰਜਾਬ ਦੇ ਵਿੱਚ ਪਾਕਿਸਤਾਨ ਦਾ ਜੋਰ ਪੈ ਜੂਗਾ ਇਹਦਾ ਸਾਰਾ ਕੁਝ ਹੋ ਜੂਗਾ ਹੂੰ ਕਦੋਂ ਅਸੀਂ ਪਾਕਿਸਤਾਨ ਨੂੰ ਡਰੋਂ ਦੱਟਾ ਹੈਗਾ ਗੁਰੂ ਨਾਨਕ ਸਾਹਿਬ ਦੋਖਾ ਬੈਨਾ ਸੀ ਹਿੰਦੂ ਹੈ ਨਾ ਮੁਸਲਮਾਨ ਹੈ ਹੂੰ ਤੇ ਜੇ ਅਸੀਂ ਕਦੇ ਵੀ ਪਾਵਰ ਚਾਹੀਏ ਹੂੰ ਪਾਕਿਸਤਾਨ ਨੂੰ ਤਾਂ ਅਸੀਂ ਡਰ ਨਹੀਂ ਹੁੰਦਾ ਹੂੰ ਅਸੀਂ ਜਿੰਨੀ ਦੂਰ ਅਸੀਂ اسلامਾਬਾਦ ਨੂੰ ਰੱਖ ਰੱਖਦੇ ਐ ਉਨੀ ਦਿਲ ਦੂਰ ਦਿੱਲੀ ਨੂੰ ਵੀ ਰੱਖਾਂਗੇ ਅਸੀਂ ਆਪਣੇ ਇੰਟਰਨਲ ਅਫੇਅਰਸ ਦੇ ਵਿੱਚ ਕੋਈ ਵੀ ਹਿੰਦੂਤਵਾ ਦੀ ਗੱਲ ਨਹੀਂ ਫੈਲਣ ਦੇਣਗੇ ਜਿਵੇਂ ਬੀਐਸਐਫ ਦੀ ਜੂਰਿਸਡਿਕਸ਼ਨ ਬਾਰਡਰ ਤੋਂ 50 ਕਿਲੋਮੀਟਰ ਅੰਦਰ ਕਰਤੀ ਹੈ ਜਿਹੜਾ ਕਨਸਟੀਟਿਊਸ਼ਨਲ ਅਲਾਉ ਨਹੀਂ ਕਰਦਾ ਸਾਡੇ ਪਾਣੀ ਦਾ ਮਸਲੇ ਹੈਗੇ ਆ ਜਿਹੜਾ ਇੰਟਰਨੈਸ਼ਨਲ ਪੇਰੀ ਲਾਅ ਹੈ ਤੇ ਕਨਸਟੀਟਿਊਸ਼ਨ ਕਹਿੰਦੀ ਹੈ ਕਿ ਜਿਹੜੇ ਸੂਬੇ ਦੇ ਵਿੱਚੋਂ ਨਦੀਆਂ ਵਹਿੰਦੀ ਹੈ ਉਸੇ ਸੂਬੇ ਦਾ ਹੱਕ ਤੇ ਮਲਕੀਅਤ ਹੈ ਪਰ ਸਾਡੇ ਚੀਫ ਮਿਨਿਸਟਰ ਨੇ ਸਾਰੇ ਕਲਮਾਨ ਦਸਤਕਤ ਕਰਕੇ ਸੈਂਟਰ ਨੂੰ ਸਾਰੇ ਇਖਤਿਆਰ ਦੇ ਦਿੱਤੇ ਆ ਸੁਇਸ ਸਾਡੀ ਜਿੱਦ ਜਿਸੀ ਵਾਪਸ ਲਪਾਂਗੇ ਕਾਨੂੰਨੀ ਤੌਰ ਤੇ ਤੇ ਅਸੀਂ ਆ ਜਿਹੜਾ ਸੰਵਧਾਨਕ ਤੌਰ ਦੇ ਉੱਤੇ ਕਨਸਟੀਟਿਊਸ਼ਨਲ ਸਾਡਾ ਰੇਪ ਹੋ ਰਿਹਾ ਹੈ ਹਿੰਦੂਤਵਾ ਜਿਹੜੀ ਕਰ ਰਹੀ ਹੈ ਇਸ ਨੂੰ ਬੰਦ ਕਰਾਂਗੇ ਤੁਸੀਂ ਕੈਪਟਨ ਸਾਹਿਬ ਦਾ ਜ਼ਿਕਰ ਕੀਤਾ ਕੈਪਟਨ ਸਾਹਿਬ ਤੇ ਹੁਣ ਬਿਲਕੁਲ ਤੁਸੀਂ ਦੱਸਿਆ ਕਿ ਬੀਜੇਪੀ ਦੇ ਨਾਲ ਸਾਰਿਆਂ ਨੂੰ ਪਤਾ ਬੀਜੇਪੀ ਦੇ ਨਾਲ ਰਲ ਕੇ ਉਹਨਾਂ ਨੇ ਐਤਕੀ ਚੋਣ ਲੜੀ ਹੈ ਉਹਨਾਂ ਨੇ ਘੜ ਜੋੜ ਕੀਤਾ ਹਾਲਕੀ ਜਿੱਥੇ ਤੱਕ ਮੇਰੀ ਸਮਝ ਹੈ ਜਿੱਥੇ ਤੱਕ ਮੈਂ ਜਾਣਦਾ ਤੁਹਾਡੇ ਰਿਸ਼ਤੇਦਾਰੀ ਚ ਵੀ ਆਉਂਦੇ ਨੇ ਕਾਫੀ ਪਤਾ ਜੀ ਸਾਝੀਆਂ ਖਿੱਜਾਂ ਦਾ ਮੈਂ ਤਾਂ ਕਿਹਾ ਤੁਹਾਨੂੰ ਹਿੰਦ ਤੋਂ ਬਾਅਦ ਦਾ ਵੀ ਜਿਆਦਾ ਪਤਾ ਹੈ ਮੇਰੀ ਰਿਸ਼ਤੇਦਾਰੀਆਂ ਦਾ ਵੀ ਪਤਾ ਹੈ ਤੇ ਫਿਰ ਕੀ ਕਹਿਣਾ ਚਾਹੁੰਦੇ ਹੋ ਤੇ ਬਾਰੇ ਨਹੀਂ ਮੈਂ ਤੁਹਾਨੂੰ ਪੁੱਛਣਾ ਚਾਹਨਾ ਫਿਰ ਉਹ ਉਹ ਕਿਤੇ ਨ ਕਿਤੇ ਕਿਉਂਕਿ ਦੇਖੋ ਹੈ ਤਾਂ ਤੁਹਾਡੇ ਨੇੜਲੇ ਰਿਸ਼ਤੇਦਾਰੀਆਂ ਦੇ ਵਿੱਚ ਹੋਣੇ ਫਿਰ ਉਹਨੂੰ ਉਸ ਉਹਨਾਂ ਦੇ ਉਸ ਕਦਮ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਮੈਨੂੰ ਸਮਝਦਾ ਕਿਸੇ ਨੂੰ ਵੀ ਬੀਜੇਪੀ ਆਰਐਸਐਸ ਸੁਣੀ ਜਾਣਾ ਚਾਹੀਦਾ ਹਾਂ ਬਿਸ਼ੱਕ ਕੱਲ ਤੁਸੀਂ ਚਲੇ ਜਾਓ ਤਾਂ ਮੈਂ ਉਹ ਵੀ ਮੰਨਦਾ ਕਹੂੰਗਾ। ਹੂੰ ਤੇ ਅ ਸਿਰ ਕੁਝ ਇੱਕ ਸਵਾਲ ਹੋਰ ਕਰਾਂਗੇ ਜ਼ਿਆਦਾ ਨਹੀਂ ਤੇ ਕਿੱਦਾਂ ਦੇਖਦੇ ਹੁਣ ਆਉਂਦਾ ਸਮਾਂ ਹੁਣ ਪੰਜਾਬ ਦੇ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦਾ ਰੁਖ ਕਿੱਧਰ ਨੂੰ ਹੈ ਕਿਸ ਤਰੀਕੇ ਦਾ ਪੰਜਾਬ ਹੋਣਾ ਚਾਹੀਦਾ ਜੋ ਤੁਹਾਡੇ ਹਿਸਾਬ ਨਾਲ ਪੰਜਾਬ ਨਹੀਂ ਬਣ ਰਿਹਾ ਕਿਸ ਤਰੀਕੇ ਦੇਖਦੇ ਅਸੀਂ ਸਮਝਦੇ ਹਾਂ ਕਿ ਜਿਹੜੀ ਪੰਜਾਬੀ ਸਿਵਲਾਈਜੇਸ਼ਨ ਹੈ ਸਿੱਖਾਂ ਕੋਮ ਅਸੀਂ 10 ਨਿਊਕਲੀਅਰ ਅਮਡ ਸਟੇਟਸ ਦੇ ਨਾਲ ਕਿਤੇ ਹੋਏ ਇੱਕ ਪਾਸੇ ਇਸਲਾਮਿਕ ਪਾਕਿਸਤਾਨ ਹੈ ਇੱਕ ਪਾਸੇ ਹਿੰਦੂ ਇੰਡੀਆ ਇੱਕ ਪਾਸੇ ਕਮਿਊਨਿਸਟ ਚੀਨ ਹੈ ਤੇ ਇਹ ਜਦੋਂ ਵੀ ਇਹਨਾਂ ਦਾ ਖੜਕਾ ਧੜਕਾ ਹੋ ਗਿਆ ਸਾਡੀ ਜਿਹੜੀ ਹੋਮਲੈਂਡ ਹੈ ਉਹ ਇਹ ਮੈਦਾਨੀ ਜੰਗ ਬਣੂਗੀ ਤੇ ਸਾਡੀ ਜਿਹੜੀ ਕੌਮ ਹੈ ਪੰਜਾਬੀ ਤੇ ਸਿੱਖ ਤੇ ਸਾਰੇ ਇਹ ਤਾਂ ਬਿਲਕੁਲ ਜੜੋ ਤਬਾਹ ਹੋ ਜਾਣਗੇ ਜਨੈਚਰ ਇੰਟਰਨੈਸ਼ਨਲ ਲੋਕ ਬੈਕ ਕੇ ਸਲਾਹ ਹੀ ਕਰਦੇ ਹੂੰ ਕਿ ਇੰਨਾ ਸਿੰਨਾ ਮੁਲਕਾਂ ਦੇ ਵਿਚਾਲੇ ਇੱਕ ਬਫਰ ਸਟੇਟ ਹੋਵੇ ਜਿਹਦੇ ਨਾਲ ਇੱਕ ਦੂਜੇ ਦੇ ਨਾਲ ਇਹ ਲਗਨ ਸਕਣ ਤੇ ਨਿਊਕਲੀਅਰ ਵਾਰ ਸਾਊਥ ਦਕਨਸ਼ੀਅਨਸ ਨਾ ਹੋ ਸਕੇ ਉਹ ਸਭ ਤੋਂ ਵਧੀਆ ਚੀਜ਼ ਹੋਊਗੀ ਤੇ ਇੱਥੇ ਅਮਨ ਰਹੂਗਾ ਫਰਮੇਸ਼ਾ ਦੇ ਲਈ ਹੂੰ ਤੇ ਤੁਸੀਂ ਹੁਣ ਕਹੋਗੇ ਤੁਸੀਂ ਜ਼ਾਦੀ ਦੀ ਗੱਲ ਕਰ ਰਹੇ ਹੋ ਹੂੰ ਤੇ ਜ਼ਾਦੀ ਦੀ ਗੱਲ ਨਾ ਕਰੀ ਹੋਰ ਕਹਦੇ ਤੁਸੀਂ ਗੁਲਾਮ ਗੁਲਾਮੀ ਗੁਲਾਮੀ ਕਬੂਲ ਕਰਦੇ ਹੋ ਕੁੱਤੇ ਨੂੰ ਮੰਨ ਦੋ ਤੇ ਜਦੋਂ ਉਹਦਾ ਮਾਲਕ ਨੂੰ ਖੋਲਦਾ ਕਿਵੇਂ ਇਹ ਉਹ ਛਣਾ ਮਾਰਦਾ ਆਪਣੇ ਮਾਲਕ ਤੇ ਉਹ ਆਜ਼ਾਦ ਹੋ ਜਾਂਦਾ ਜੇ ਕੁੱਤਾ ਆਜ਼ਾਦੀ ਤੇ ਗੁਲਾਮੀ ਨੂੰ ਸਮਝਦਾ ਹੈ ਅਕਸਰ ਅਸੀਂ ਤਾਂ ਮਾਨਸੇ ਤੇ ਸਾਨੂੰ ਸਮਝ ਨਹੀਂ ਆ ਕਿ ਇਹ ਆਜ਼ਾਦੀ ਤੇ ਇਹਦੇ ਚ ਮਾੜੀ ਗੱਲ ਕੀ ਹੈ ਮੇਰਾ ਤਾਂ ਨਹੀਂ خیال ਆਜ਼ਾਦੀ ਲੈਣਾ ਕੋਈ ਮਾੜੀ ਗੱਲ ਹੈ ਇੱਕ ਆਖਰੀ ਸਵਾਲ ਸਰ ਬਹੁਤ سارے ਲੋਕ ਜਿਹੜੇ ਨੇ ਦੀਪ ਸਿੱਧੂ ਦੀ ਇਸ ਹਾਦਸੇ ਨੂੰ ਲੈ ਕੇ ਬਹੁਤ سارے ਕਮੈਂਟ ਵੀ ਕਰ ਰਹੇ ਨੇ ਬਹੁਤ سارے ਆਪਣੇ ਆਪਣੇ ਓਪੀਨੀਅਨ ਦੇ ਰਹੇ ਕੁਝ ਲੋਕ ਗਲਤ ਓਪੀਨੀਅਨ ਵੀ ਦੇ ਰਹੇ ਜਿਸ ਦੇ ਵਿੱਚ ਇੱਕ ਰੀਸੈਂਟਲੀ ਮਾਮਲਾ ਸਾਹਮਣੇ ਆਇਆ ਸੀ ਕਿ ਰਾਜਸਥਾਨ ਦੇ ਵਿੱਚ ਇੱਕ ਇਨਸਾਨ ਸੀ ਉਸਨੇ ਸੋਸ਼ਲ ਮੀਡੀਆ ਤੇ ਕੁਝ ਪੋਸਟ ਕੀਤਾ ਤੇ 15 ਸਿੰਘਾਂ ਵੱਲ ਉਹ ਤੇ ਜਾ ਕੇ ਉਹ ਕੁਝ ਕੋਰਾ ਦੇ ਖਿਲਾਫ ਐਫ ਆਈ ਆਰ ਦਾ ਦਰਜ ਹੁੰਦੀ ਹੈ ਉਹਨਾਂ 15 ਸਿੰਘਾਂ ਦੇ ਨਾਮ ਦੇ ਉੱਤੇ ਫਿਰ ਇੱਕ ਮੰਡ ਸਾਹਿਬ ਹੈਗੇ ਨੇ ਉਹ ਵੀ ਲਗਾਤਾਰ ਕਮੈਂਟਿੰਗ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਲਈ ਕੀ ਜਵਾਬ ਹੋਣਾ ਚਾਹੀਦਾ ਤੁਹਾਡੇ ਇੱਜ਼ਤਦਾਰ ਟੈਲੀਵਿਜ਼ਨ ਹੈਗਾ ਜੀ ਤੇ ਇਹੋ ਜਿਹੀਆਂ ਚੀਜ਼ਾਂ ਮੇਰੇ ਮੂਤੋਂ ਚੰਗੀਆਂ ਨਹੀਂ ਲੱਗਦੀਆਂ ਨਾ ਤੁਹਾਡੇ ਵੱਲੋਂ ਕਿ ਉਹ ਕਰਕੇ ਹੁਣ ਜਿਹੜਾ ਬਕਵਾਸ ਹੁੰਦਾ ਹੈ ਉਹਦਾ ਕੀ ਜਵਾਬ ਦੇ ਸਕਦੇ ਆ ਤੁਸੀਂ ਤਾਂ ਦੇਖ ਸਕਦੇ ਮੈਂ ਵਿੱਚ ਇਨਾ ਹੌਂਸਲਾ ਲਈ ਹੈ ਕਿ ਮੈਂ ਇਹੋ ਜਿਹੀਆਂ ਚੀਜ਼ਾਂ ਦਾ ਜਵਾਬ ਦਵਾਂ। ਬਹੁਤ ਅਨਮਾਨਤ ਮੇਰੇ ਬਣੀ ਜੀ ਬਾਈ ਕੁਛ ਕਾ ਖਾਲਸਾ ਬਾਈ ਕੁਚ ਕੀ ਫਤਿਹ। ਬਹੁਤ ਅਨਮਾਨਤ। ਸੋ ਇਹ ਸੰਸਰ ਨਾਲ ਸਿਮਰਨਜੀਤ ਸਿੰਘ ਮਾਨ ਜਿਹੜਾ ਦੱਸਿਆ ਕਿ ਇਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੂੰ ਯਕੀਨ ਹੈ ਦੀਪ ਸਿੱਧੂ ਦਾ ਜਿਹੜਾ ਹਾਦਸਾ ਸੀ ਉਹ ਹਾਦਸਾ ਨਹੀਂ ਬਲਕਿ ਇੱਕ ਸਾਜ਼ਿਸ਼ ਸੀ। ਹੁਣ ਦੇਖਣਾ ਇਹ ਹੋਏਗਾ ਕਿ ਜਿਹੜੇ ਮੰਗ ਇਹਨਾਂ ਨੇ ਕੀਤੀ ਹੈ ਕਿ ਦੀਪ ਸਿੱਧੂ ਦੇ ਹਾਦਸਾ ਜੋ ਵੀ ਹੋਇਆ ਉਸ ਦੀ ਕਿੰਨੀ ਖੇਤੀ ਤਸਦੀਸ਼ ਕੀਤੀ ਜਾਂਦੀ ਹੈ ਇਹ ਹੁਣ ਦੇਖਣਾ ਬਾਕੀ ਹੋਏਗਾ ਕੈਮਰਾ ਪਰਸਨ ਪ੍ਰਵੀਨ ਦੇ ਨਾਲ ਸਾਇਨਦੁਰਲਾਸ ਕਾਇਨਿਸ ਪੰਜਾਬ ਸ਼ਿਰਫਤ ਅਧਿਕਰਸਾਈ